ਜਦੋਂ ਕੋਈ ਗੱਲ ਹੁੰਦੀ ਨਾ, ਪਹਿਲਾਂ ਹੀ ਆਈਫੋਨ, ਪਹਿਲਾਂ ਹੀ ਆਈਫੋਨ, ਪਹਿਲਾਂ ਹੀ ਆਈਫੋਨ, ਨਾਮ ਨੀ ਮੇਰਾ ਲੈਂਦੇ, ਪਹਿਲਾਂ ਹੀ ਆਈਫੋਨ। ਆ ਦਿਨ ਬਹੁਤ ਤੋਰੀ ਮਾਸ਼ਾਅੱਲਾ ਲੱਗਦੀ ਪਈ ਹੈਗੀ, ਮਾਸ਼ਾਅੱਲਾ ਚੈੱਕ ਕਰੋ ਤੀ ਲੈ ਨੇਗੇ, ਫਾਇਦੇ ਦੀ ਚੀਜ਼ ਸੀ। ਮੈਂ 10 ਰੁਪਏ ਵਾਲਾ, ਹਾਂ ਵਾਈਫਰ। ਵੈਲਕਮ ਬੈਕ ਜੀ, ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਹੈ ਸਾਡੇ ਦੇਖਣ ਵਾਲ ਤਮਾਮ ਭੈਣ ਭਾਈਆਂ ਦਾ? ਅਸੀਂ ਮਿਹਨਤ ਕਰਨੇ ਸਾਡੇ ਦੇਖਣ ਵਾਲ ਤਮਾਮ ਭੈਣ ਭਾਈ ਬਿਲਕੁਲ ਠੀਕ ਠਾਕ ਹੋਣਗੇ, ਤੇ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਆਂਗੇ ਜੀ। ਸੁਬਹਾ ਮੇਰੀ ਤਬੀਅਤ ਕਾਫੀ ਖਰਾਬ ਹੋ ਗਈ ਸੀ, ਅਚਾਨਕ ਨਾ ਪੇਟ ਸ਼ਦੀਦ ਦਰਦ ਸ਼ੁਰੂ ਹੋ ਗਿਆ ਸੀਗਾ, ਨਾ ਕੋਈ ਸਮਝ ਲੱਗ ਰਹੀ ਸੀ, ਫਿਰ ਦਵਾਈ ਵਗੈਰਾ ਲੈ ਆਉਂਦੇ ਨੇ, ਮਾਸ਼ਾਅੱਲਾ ਹੁਣ ਠੀਕ ਹੋ ਗਿਆ ਹੈਗਾ। ਮੈਂ ਸੋਚਿਆ ਸੀ ਕਿ ਅੱਜ ਮੈਂ ਵਲੋਗ ਬਣਾ ਹੀ ਨਾ ਪਾਵਾਂ, ਤੇ ਵੀ ਵਾਰ ਇਹ ਸੋਚਣਗੇ ਕੱਲ ਸੈਕਿੰਡ ਟਾਈਮ ਦਾ ਵਾਅਦਾ ਕਰਕੇ ਹਸਨ ਨੇ ਅੱਜ ਦੇ ਦਿਨ ਦਾ ਵਲੋਗ ਵੀ ਨਹੀਂ ਬਣਾਇਆ ਹੈਗਾ। ਲੇਕਿਨ ਕੱਲ ਤਾਂ ਥੋੜੀ ਜਿਹੀ ਐਮਰਜੈਂਸੀ ਬਣ ਗਈ ਸੀ, ਫਿਰ ਅੱਬੂ ਜਾਨ ਨੂੰ ਨਾ ਸੈਕਿੰਡ ਟਾਈਮ ਵਲੋਗ ਬਣਾਉਣਾ ਪਿਆ, ਇਸ ਵਜ੍ਹਾ ਤੋਂ ਫਿਰ ਉਹਨਾਂ ਨੇ ਵਲੋਗ ਬਣਾਇਆ ਸੀ, ਇਸ ਵਜ੍ਹਾ ਤੋਂ ਕੱਲ ਨਾ ਸੈਕਿੰਡ ਟਾਈਮ ਮੈਂ ਨਹੀਂ ਵਲੋਗ ਬਣਾ ਪਾਇਆ। ਲੇਕਿਨ ਅੱਜ ਦਾ ਵਲੋਗ ਇੱਕ ਤੁਹਾਡੇ ਲਈ ਇਹ ਸਰਪ੍ਰਾਈਜ਼ ਹੈਗਾ, ਚੈੱਕ ਕਰੋ ਜੀ, ਤੇ ਇੱਕ ਹੋਰ ਸਰਪ੍ਰਾਈਜ਼ ਹੈਗਾ ਤੁਹਾਨੂੰ ਬਾਅਦ ਦੱਸਣਾ, ਪਹਿਲੇ ਇਸ ਸਰਪ੍ਰਾਈਜ਼ ਦੇ ਬਾਰੇ ਡਿਸਕਸ ਕਰ ਲਈਏ ਨਾ। ਦਰਅਸਲ ਇਹ ਅਸੀਂ ਚਾਰ ਲਈਆਂ ਨੇਗੇ, ਜੋੜੇ ਨੇਗੇ ਮੁਰਗੀਆਂ ਦੇ, ਦੋ ਮੁਰਗੀਆਂ ਨੇਗੀਆਂ, ਦੋ ਮੁਰਗੇ ਨੇਗੇ, ਤੇ ਤੁਸੀਂ ਨਾ ਅੰਦਾਜ਼ਾ ਕਰਕੇ ਦੱਸਣਾ ਸਾਰੇ ਵਿਵਰਾਂ ਨੇ ਕਿ ਅਸੀਂ ਕਿਤਨੇ ਦੇ ਲੈ ਆਉਣਗੇ, ਫਿਰ ਮੈਂ ਤੁਹਾਨੂੰ ਦੱਸਾਂਗਾ ਅਗਲੇ ਵਲਾਗ ਦੇ ਵਿੱਚ ਨਾ ਕਿ ਅਸੀਂ ਕਿਤਨੇ ਦੇ ਖਰੀਦੇ ਨੇਗੇ। ਲੇਕਿਨ ਤੁਸੀਂ ਅੰਦਾਜ਼ਾ ਕਰਕੇ ਦੱਸਣਾ ਹੈਗਾ ਜਿੰਨੀ ਜਿੰਨੇ ਨੇ ਕੱਦ ਹਾਈਟ ਹੈਗੀ, ਜਾਂ ਇਹਨਾਂ ਨੂੰ ਗੋਸ਼ਤ ਦੇ ਹਿਸਾਬ ਨਾਲ ਤੁਸੀਂ ਨਾ ਅੰਦਾਜ਼ਾ ਕਰ ਲਓ ਕਿ ਕਿੰਨੇ ਦੇ ਸਾਨੂੰ ਮਿਲੇ ਹੋਣਗੇ, ਫਿਰ ਤੁਹਾਨੂੰ ਮੈਂ ਦੱਸਾਂਗਾ, ਕਿਉਂਕਿ ਸਾਨੂੰ ਬਹੁਤ ਸਸਤੇ ਮਿਲ ਰਹੇ ਸੀ, ਇਸ ਵਜ੍ਹਾ ਤੋਂ ਅਸੀਂ ਲੈ ਨੇਗੇ। ਫਾਇਦੇ ਦੀ ਚੀਜ਼ ਸੀ, ਮੈਂ ਕਿਹਾ ਲੈ ਲਾ ਹਸਨ, ਜਾਵਨ ਨਾ ਦੇਵੀ, ਇੰਨੇ ਪਿਆਰੇ ਨੇਗੇ। ਉਦੋਂ ਮਾਸ਼ਾਅੱਲਾ ਤਕਰੀਬਨ ਅੰਮੀਆਂ ਨੇ ਮਹੀਨੇ ਤੱਕ ਕੁੱਕੜੀ ਜਿਹੜੀਆਂ ਨੇ ਅੰਡੇ ਲੈਣੇ ਸ਼ੁਰੂ ਕਰ ਦੇਣੇ, ਮੁਰਗੀਆਂ ਜਿਹੜੀਆਂ ਨਾ ਮਹੀਨੇ ਤੱਕ ਅੰਡੇ ਲੈਣੇ ਸ਼ੁਰੂ ਕਰ ਦੇਣਗੀਆਂ, ਤੇ ਇਹਦੇ ਮੁਰਗੇ ਅੰਮੀਆਂ ਨੇ ਕਿ ਇਹ ਹੈਗਾ ਤੇ ਕੋ ਹੈ ਨਾ, ਹਾਂ ਮੁਰਗੀਆਂ ਨੇ ਕਹਿ ਮੁਰਗੀ ਹੈਗੀ ਤੇ ਕੋ ਮੁਰਗੀ ਹੈਗੀ, ਤੇ ਮਾਸ਼ਾਅੱਲਾ ਬਹੁਤ ਪਿਆਰੇ ਲੱਗਣਗੇ ਘਰ ਦੇ ਫਿਰਦੇ, ਇਸ ਵਜ੍ਹਾ ਤੋਂ ਮੈਂ ਜਿਹੜੇ ਨਾ ਲੈਣੇ। ਇਹ ਮਜ਼ਾ ਤਾਂ ਆਇਆ ਕਰਨਾ ਨਾ ਵਿਲਾਜ ਦਾ ਜਦੋਂ ਹੁਣ ਮੇਰਾ ਫੋਨ ਰਿਪੇਅਰ ਹੋ ਗਿਆ। ਦਰਅਸਲ ਡੇਲੀ ਸੀ ਸੋਚਦੇ ਹੋ ਗਿਆ ਸਨ, ਫੋਨ ਦਾ ਹੀ ਹਰ ਟਾਈਮ ਕਹਿੰਦਾ ਰਹਿੰਦਾ, ਮੈਨੂੰ ਫੋਨ ਯਾਦ ਆ ਜਾਂਦਾ ਕਿਉਂਕਿ ਮੈਨੂੰ ਬੰਦੇ ਦੀ ਗੱਲ ਯਾਦ ਆ ਜਾਂਦੀ ਕਿ ਹਰ ਟਾਈਮ ਉਹਦੀ ਜ਼ਬਾਨ ਤੇ ਮੇਰਾ ਫੋਨ ਰਹਿੰਦਾ। ਮੇਰੇ ਫੋਨ ਨੂੰ ਪਹਿਲੇ ਨਜ਼ਰ ਲੱਗੀ, ਮੈਂ ਕਸਮ ਹੈ ਅੱਲਾ ਦੀ ਅੰਮੀ ਜਾਨ, ਪਹਿਲੇ ਵਿਵਰਾਂ ਨੂੰ ਕਹਿੰਦਾ ਸੀ ਸਾਨੂੰ ਕਿਸੇ ਦੀ ਨਜ਼ਰ ਲੱਗੀ ਹੈਗੀ ਤੇ ਤੁਸੀਂ ਉਹ ਗੱਲ ਹੁਣ ਮੰਨ ਹੀ ਗਏ ਹੋਣੇ ਹੋ, ਕਿਉਂਕਿ ਜਦੋਂ ਵੀ ਕੋਈ ਗੱਲ ਹੁੰਦੀ ਨਾ ਪਹਿਲਾਂ ਹੀ ਆਈਫੋਨ, ਪਹਿਲਾਂ ਹੀ ਆਈਫੋਨ, ਪਹਿਲਾਂ ਹੀ ਆਈਫੋਨ, ਨਾਮ ਨਹੀਂ ਮੇਰਾ ਲੈਂਦੇ, ਪਹਿਲਾਂ ਹੀ ਆਈਫੋਨ, ਆਈਫੋਨ ਯਾਦ ਆਉਂਦਾ ਨਾ, ਤੇ ਵਿਚਾਰਾ ਆਈਫੋਨ ਠੀਕ ਨਹੀਂ ਹੋ ਰਿਹਾ, ਹੁਣ ਫਿਰ ਪਿਆ ਹੋਇਆ ਹੈਗਾ, ਮਿਸਤਰੀ ਕੋਲ ਠੀਕ ਕਰਵਾ ਕੇ ਲੈਣ ਆਗੇ, ਕੋਈ ਨਹੀਂ ਅੱਲਾ ਪਾਕ ਕਰਮ ਕਰੇਗਾ। ਤੇ ਹੁਣ ਫਿਰ ਅੰਮੀ ਜਾਨ ਇਹਨਾਂ ਵਾਸਤੇ ਆਪਾਂ ਬਣਾਉਣਾ ਪੈਣਾ ਖੁੱਡਾ ਵਗੈਰਾ ਵੀ, ਇਹਨਾਂ ਦਾ ਘਰ ਬਣਾਉਣਾ ਪੈਣਾ, ਮੈਂ ਤਾਂ ਸੋਚਣਾ ਆਪਾਂ ਸੀੜੀ ਦੇ ਥੱਲੇ ਬਣਾਵਾਂਗੇ। ਹੁਣ ਸਾਰੇ ਵਿਵਰਾਂ ਕੋਲ ਮਸ਼ਵਰਾ ਪਹਿਲੇ ਲੈਂਦੇ ਹਨ, ਇਹ ਜਿਹੜੀ ਸੀੜੀ ਹੈਗੀ ਇਹਦੇ ਥੱਲੇ ਮੇਰਾ ਦਿਲ ਹੈ, ਇੱਥੇ ਇਹਦਾ ਨਾ ਖੁੱਡਾ ਬਣਾ ਲਈਏ, ਉੱਤੇ ਚੂਜ਼ਿਆਂ ਵਾਸਤੇ ਬਣਾਵਾਂਗਾ, ਤਕਰੀਬਨ ਇਤਨੀ ਹਾਈਟ ਰੱਖਾਂਗੇ ਇਹਨਾਂ ਦੇ ਖੁੱਡੇ ਦੀ, ਉਤਲੀ ਜਿਹੜੀ ਜਗ੍ਹਾ ਆ ਜਾਣੀ, ਇੱਥੇ ਨਾ ਛੋਟੇ ਚੂਜ਼ੇ ਜਿਹੜੇ ਅਸਨੈਨ ਨੇ ਚਾਰ ਲੈ ਕੇ ਰੱਖੇ ਹੋਏ ਨਾ, ਅਸਨੈਨ ਉਹ ਚੂਜ਼ੇ ਵੀ ਲਾਇਆ, ਉਹ ਵਿਵਰਾਂ ਦਿਖਾਈ ਗਏ, ਕਾਫੀ ਦਿਨ ਹੋ ਗਏ ਨਹੀਂ ਦਿਖਾਏ ਨੇ, ਤੁਸੀਂ ਸੋਚਦੇ ਹੋ ਕਿ ਪਤਾ ਨਹੀਂ ਅਸਨ ਨੇ ਪਹਿਲੇ ਵਾਲੇ ਚੂਜ਼ੇ ਅੰਦਰ ਉਹ ਵੀ ਕਿਤੇ ਗਾਇਬ ਕਰਤੇ, ਉਹ ਅਸਨੈਨ ਸਾਹਿਬ ਆਪਣੇ ਦੋਸਤਾਂ ਨੂੰ ਖੁੱਲੇ ਦਿਲ ਨਾਲ ਦੇ ਦਿੰਦੇ ਹੁੰਦੇ ਨੇ, ਇੱਕ ਦੋਸਤ ਨੂੰ ਕਹਿੰਦਾ ਲੈ ਇੱਕ ਚੂਜ਼ਾ ਤੂੰ ਲੈ ਜਾ, ਦੂਸਰੇ ਨੂੰ ਕਹਿੰਦਾ ਲਾ ਤੂੰ ਲੈ, ਜਦੋਂ ਵੱਡੇ ਵੱਡੇ ਹੋ ਜਾਂਦੇ ਸੀ ਫਿਰ ਦੇ ਦਿੰਦਾ ਸੀ। ਇਸ ਵਾਰੀ ਉਹਨੂੰ ਮੈਂ ਸਖਤੀ ਨੇ ਮਨਾ ਕੀਤਾ, ਮੈਂ ਕਿਸੇ ਦੋਸਤ ਨੂੰ ਫ੍ਰੀ ਚੂਜ਼ਾ ਨਹੀਂ ਦੇਣਾ ਤੂੰ ਆਪਣਾ। ਇਸ ਵਾਰੀ ਚਾਰ ਚੂਜ਼ੇ ਮਾਸ਼ਾਅੱਲਾ ਸੀ ਸਾਂਭੇ ਨੇ, ਇੱਧਰ ਲਾਇਆ, ਇੱਥੇ ਇੱਥੇ ਮੈਦਾਨ ਛੱਡ, ਐ ਕਿਆ ਬਾਤ ਹੈ ਜੀ ਮਾਸ਼ਾਅੱਲਾ। ਅਸਲ ਤੇ ਨਾ ਸਾਰਾ ਦਿਨ ਇਹਨੂੰ ਡੱਕੀ ਰੱਖਦਾ, ਵਿਚਾਰੇ ਕਮਜ਼ੋਰ ਜੇ ਹੋ ਗਏ ਨੇ ਯਾਰ, ਇਹਨਾਂ ਨੂੰ ਬਾਜਰਾ ਕੌਣ ਚੁਗਾਉਂਦਾ ਤੂੰ? ਹੈ ਚੁਗਾਨਾ ਹੈ, ਕੀ ਚੁਗਾਨਾ, ਤੂੰ ਬਾਜਰੇ ਦੇ ਪੈਸੇ ਵੀ ਲੈਣਾ। ਤਕਰੀਬਨ ਦੂਸਰੇ ਤੀਸਰੇ ਦਿਨ ਬਾਅਦ ਕਹਿੰਦਾ ਹਸਨ ਅੱਬੂ ਕੋ ਮੈਨੂੰ 50 ਰੁਪਇਆ ਲੈ ਤੇ ਮੈਂ ਬਾਜਰਾ ਲਵਣ ਜਾਣਾ, ਤੇ ਅਲੱਗ ਖਾ ਲੈਣਾ ਸਾਰਾ। ਹੁਣ ਫਿਰ ਇਹਦਾ ਮਤਲਬ ਹੁਣ ਫਿਰ ਅੰਮੀ ਜਾਨ ਮੇਰੇ ਕੋਲ 50 ਰੁਪਏ ਦੀ ਦਿਹਾੜੀ ਲਾਊ ਹੈ, ਹੁਣ ਕਹਿੰਦਾ ਪਿਗਲਾ ਮੁੱਕ ਗਿਆ,
ਉਹ ਯਾਰ ਬੇਚਾਰਿਆਂ ਦੀ ਸਿਹਤ ਤਾਂ ਨਹੀਂ ਲੱਗਦੀ ਵੀ ਉਹਨਾਂ ਨੇ ਬਾਜਰਾ ਖਾਧਾ ਹੋਇਆ, ਉਹ ਮਸੇ ਜੇ ਫਿਰਦੇ ਨੇ, ਉਹਨਾਂ ਮੁਰਗਿਆਂ ਦੇ ਨਾਲੇ ਫਿਰਦੇ ਇੱਥੇ ਉਹ ਫਿਰਦੇ ਨੇਗੇ, ਉਹ ਬਿੱਲੀ ਦੇ ਬੱਚੇ ਉਹਨਾਂ ਥੋੜਾ ਧਿਆਨ ਰੱਖੀ ਕਿ ਉਹ ਲੈ ਨਾ ਜਾਣ, ਕਿਉਂਕਿ ਜਿਹੜੀ ਸਾਡੇ ਘਰ ਮਾਣੋ ਹੈ ਨਾ ਬਿੱਲੀ, ਉਹ ਤਾਂ ਕੁਛ ਵੀ ਨਹੀਂ ਕਹਿੰਦੀ ਮੁਰਗੀਆਂ ਜਾਂ ਚੂਜ਼ਿਆਂ ਵਗੈਰਾ ਨੂੰ, ਹਾਲਾਂਕਿ ਵੱਡੀ ਬਿੱਲੀ ਹੈ, ਲੇਕਿਨ ਉਹਦੇ ਬੱਚੇ ਨੇ ਨਾ ਛੋਟੇ ਛੋਟੇ, ਉਹ ਹੁਣੇ ਲੋ ਸ਼ਾਕਾਹਾਰੀ ਨੇਗੇ, ਮੀਨ ਉਹ ਸ਼ਿਕਾਰ ਕਰਨ ਦਾ ਵੱਲ ਸਿੱਖਦੇ ਨੇਗੇ, ਕਿੰਨੀ ਵਾਰੀ ਉਹ ਜੇ ਛੋਟੇ ਚੂਜ਼ੇ ਸੀ ਇਹਨਾਂ 'ਤੇ ਉਹਨਾਂ ਨੇ ਹਮਲਾ ਕੀਤਾ ਸੀ ਅੱਗੇ ਵੀ, ਮਾਸ਼ਾਅੱਲਾ ਬੜੇ ਖੁਸ਼ ਨੇ ਆ ਚੂਜ਼ਿਆਂ ਨੂੰ ਬਾਹਰ ਸਨੈਣ ਤੋਂ ਨਹੀਂ ਕੱਢਦਾ, ਤੂੰ ਅੰਦਰ ਦੁਕਾਨ ਹੀ ਰੱਖਣਾ, ਇੱਥੇ ਇਹਨਾਂ ਨੂੰ ਕੱਢਿਆ ਕਰ, ਆਹ ਦਸਾਂ ਦਾ ਨੋਟ ਪੇ ਉਹ ਚੱਕਣ ਲੱਗਿਆ। ਦਰਅਸਲ ਸਨੈਣ ਨਾਲ ਪਹਿਲੇ ਮਜ਼ਾਕ ਕੀਤਾ ਸੀ, ਕੋਈ ਬੱਚਾ ਮੈਨੂੰ ਦੇ ਗਿਆ ਦੁਕਾਨ 'ਤੇ ਐਂ ਫਟੇ ਹੋਏ ਨਾ ਲਪੇਟ ਕੇ ਇਸ ਤਰ੍ਹਾਂ, ਕਿਉਂਕਿ ਅਸੀਂ ਵੀ ਛੋਟੇ ਹੁੰਦੇ ਦਾਲ ਆਉਂਦੇ ਸੀ, ਜੇ ਫਟੇ ਹੋਏ ਨੋਟ ਹੁੰਦਾ ਸੀ ਅਸੀਂ ਨਾ ਲਪੇਟ ਕੇ ਦੇ ਆਉਂਦੇ ਦੁਕਾਨਦਾਰਾਂ ਨੂੰ, ਹੁਣ ਮੇਰੇ ਨਾਲ ਉਂਝ ਹੁੰਦੀ ਹੈਗੀ। ਇੰਝ ਕਹਾਣੀ ਨਹੀਂ ਬਣੀ ਹੋਈ, ਜੈਸਾ ਕਰੋਗੇ ਵੈਸਾ ਭਰੋਗੇ, ਬਾਈ ਸਾਹਿਬ ਉਹੀ ਕਹਾਣੀ ਸੱਚ ਹੋਈ ਵੀ ਹੈ ਮੇਰੇ 'ਤੇ, ਕਿਉਂਕਿ ਹੁਣ ਦੇਖ ਲਓ ਮੈਂ ਛੋਟਾ ਹੁੰਦਾ ਐਵੇਂ ਹੀ ਕਰਦਾ ਹੁੰਦਾ ਸੀ, ਜਿਹੜਾ ਅੱਬੂ ਕੋਲ ਫਟੇ ਹੋਏ ਨੋਟ ਲੈ ਆਉਂਦਾ ਸੀ ਅੰਮੀ ਜਾਨ ਨੂੰ ਚਲਾ ਜਾਂਦਾ ਸੀ ਨਾ, 100-100 ਵਾਲੇ ਨੋਟ ਮੈਂ ਚਲਾ ਜਾਂਦਾ ਸੀ, ਅੰਮੀ ਜਾਨ ਕਹਿੰਦੀਆਂ ਸੀ ਪੁੱਤਰ ਇਹ ਮੇਰੇ ਕੋਲ ਫਟੇ ਹੋਇਆ ਨੋਟ ਹੈ ਚੀਜ਼ ਵਾਸਤੇ ਲੈਣਾ ਤੂੰ ਲੈ ਲਾ, ਮੈਂ ਕਹਿੰਦਾ ਅੰਮੀ ਜਾਨ ਦੇ ਦਿਓ ਮੈਂ ਚਲਾ ਲਵਾਂਗਾ, ਉਹਨੇ ਲਪੇਟ ਕੇ ਨਾ ਗੋਲ ਜਿਹਾ ਕਰਕੇ ਮੈਂ ਦੇ ਆਉਂਦਾ ਸੀ ਦੁਕਾਨਦਾਰਾਂ ਨੂੰ, ਉਹ ਚਲਾ ਲੈਂਦੇ ਸੀਗੇ, ਉਹਨਾਂ ਨੂੰ ਉਦੋਂ ਹੀ ਪਤਾ ਲੱਗਣਾ ਹੁੰਦਾ ਜਦੋਂ ਉਹਨਾਂ ਨੇ ਕੋਈ ਇਕੱਠੇ ਸ਼ਾਮ ਨੂੰ ਸੇਲ ਦੇ ਪੈਸੇ ਕਰਨ, ਉਹਨੂੰ ਉਵੇਂ ਹੀ ਮੇਰੇ ਨਾਲ ਹੁੰਦਾ ਜਦੋਂ ਮੈਂ ਦੁਕਾਨ 'ਤੇ ਬੈਠਾ ਹਾਂ ਅਤੇ ਆਪਣੀ ਦੁਕਾਨ ਦਾ ਵੀ ਸਮਾਨ ਖਤਮ ਹੋਇਆ। ਦੂਸਰਾ ਸਰਪ੍ਰਾਈਜ਼ ਇਹ ਹੈਗਾ ਕਿ ਅਸੀਂ ਅੱਜ ਦੁਕਾਨ ਦਾ ਸਮਾਨ ਨਵਣ ਜਾਵਣ ਲੱਗੇ ਹਾਂ, ਜਿਤਨਾ ਕਿ ਸਾਡੇ ਕੋਲ ਪੈਸੇ ਨੇਗੇ, ਕਿਉਂਕਿ ਅੱਜ ਨਾ ਉਹ ਚੂਜ਼ੇ ਵੀ ਖਰੀਦ ਲੈਣੇਗੇ ਦੁਕਾਨ ਦੀ ਸੇਲ 'ਚੋਂ ਖਰੀਦਣੇ, ਕਿਉਂਕਿ ਸੈਲਰੀ ਆਉਣ ਵਾਲੀ ਮੇਰਾ ਦਿਲ ਸੀਗਾ ਸੈਲਰੀ 'ਚੋਂ ਫਿਰ ਦੁਕਾਨ ਹੈ ਪੈਸੇ ਪਾ ਲਵਾਂਗੇ, ਚੂਜ਼ੇ ਸਸਤੇ ਮਿਲ ਰਹੇ ਸੀਗੇ, ਚੂਜ਼ੇ ਕੀ ਮੁਰਗੇ ਹੀ ਨੇਗੇ ਅਤੇ ਮੁਰਗੀਆਂ ਨੇਗੀਆਂ, ਚੂਜ਼ੇ ਤਾਂ ਹੁੰਦੇ ਨੇਗੇ ਐਸ ਐਸ ਜਿੰਨੇ, ਉਹ ਮਾਸ਼ਾਅੱਲਾ ਕਾਫੀ ਉਹਨਾਂ ਦਾ ਕੱਦ ਹੈਗਾ, ਤਕਰੀਬਨ ਮਹੀਨੇ ਤੱਕ ਜੇ ਮੁਰਗੀਆਂ ਅੰਡੇ ਵੀ ਦੇਵਣਗੀਆਂ, ਡੇਲੀ ਫਿਰ ਇੱਕ ਅੰਡਾ ਦਿੰਦੀਆਂ ਨੇਗੀਆਂ, ਅਤੇ ਬੱਚੇ ਵਗੈਰਾ ਅੱਗੇ ਕੱਢਣਗੀਆਂ, ਛੋਟੇ ਛੋਟੇ ਇਹੋ ਜਿਹੇ ਕਿਊਟ ਕਿਊਟ ਇਹਨਾਂ ਦੇ ਬੱਚੇ ਹੋਣਗੇ, ਉਹ ਮਿਸਰੀ ਨੇ ਸਰ, ਖਰਚਾ ਕਾਫੀ ਕਰਤਾ, ਚਲੋ ਕੋਈ ਨਾ ਮੀ ਜਾਣੇ ਖਰਚੇ ਤਾਂ ਫਿਰ ਮੇਰਾ ਇਸ ਵਾਰੀ ਪੱਕਾ ਸੀਗਾ ਇਰਾਦਾ ਕਿ ਦੁਕਾਨ 'ਚ ਖਰਚਾ ਨਹੀਂ ਕਰਨਾ, ਲੇਕਿਨ ਘਰ ਦੇ ਵਿੱਚ ਜਦੋਂ ਖਰਚਾ ਨਹੀਂ ਹੈ ਫਿਰ ਦੁਕਾਨ 'ਚ ਹੀ ਨਿਕਲਣਾ ਨਾ, ਲੇਕਿਨ ਕੋਈ ਨਹੀਂ ਸੈਲਰੀ ਬਸ ਕਰੀਬ ਹੀ ਹੈਗੀ, ਤਕਰੀਬਨ 27-28 ਤਰੀਕ ਤੱਕ ਆ ਜਾਂਦੀ ਹੈ ਆਪਣੀ ਸੈਲਰੀ, ਇਨਸ਼ਾਅੱਲਾ ਤਾਲਾ ਆ ਜਾਂਦੀ ਸੈਲਰੀ, ਫਿਰ ਦੁਕਾਨ ਦੇ ਵਿੱਚ ਸਮਾਨ ਭਰ ਲਵਾਂਗੇ ਅਤੇ ਬਾਕੀ ਦੇਖਣੇ ਬਿੱਲ ਦੀ ਆਪਾਂ ਨੂੰ ਮੇਨ ਟੈਨਸ਼ਨ ਬਣਨੀ, ਬਿੱਲ ਦਾ ਦੇਖਣੇ ਹੁਣ ਕੀ ਹੱਲ ਕਰਨਾ, ਅੱਲਾ ਪਾਕ ਕਰਮ ਕਰੇਗਾ, ਚਲੋ 1,02,000 ਮਹੀਨਿਆਂ ਦਾ ਫਿਰ ਲੈ ਜਾਵਣ ਨਾ, ਮੈਂ ਤਾਂ ਯਕੀਨਨ ਮੇਰਾ ਪੱਕਾ ਇਰਾਦਾ, ਅੱਬੂ ਜਾਨ ਕਹਿੰਦੇ ਨਾ ਆਪਾਂ ਬਿੱਲ ਤਾਰਾਂਗੇ, ਮੈਂ ਕਹਿੰਦਾ ਅੱਬੂ ਜਾਨ ਕਿਵੇਂ ਬਿੱਲ ਤਾਰਨਾ, ਮੈਂ ਕਿਹਾ ਪਰ ਲੈ ਜਾਂਦੇ ਨੇ ਮੀਟਰ ਲੈ ਜਾਵਾਂ ਤਾਂ ਆਪਾਂ ਕੋਈ ਨਵਾਂ ਲਵਾ ਲਵਾਂਗੇ, ਮੀਟਰ ਬਾਅਦ ਅੰਮੀ ਜਾਨ ਦੇ ਨਾਮ ਤੇ ਲਵਾ ਲਵਾਂਗੇ, ਅੱਬੂ ਦੇ ਨਾਮ ਤੇ ਤਾਂ ਲੱਗਿਆ ਹੋਇਆ ਪਹਿਲੇ, ਅੱਬੂ ਜਾਨ ਦੇ ਨਾਮ ਦਾ ਮੀਟਰ ਉਹਦੇ ਚਾਚੂ ਜਾਸ ਹੋਰਾਂ ਘਰ ਲੱਗਿਆ ਹੋਇਆ ਨਾ, ਚਾਚੂ ਨਵਾਜ਼ ਹੋਰਾਂ ਲੱਗਿਆ ਹੋਇਆ, ਉਧਰ ਲੱਗਿਆ ਹੋਇਆ ਹੈਗਾ ਅੱਬੂ ਜਾਨ ਦੇ ਨਾਮ ਦਾ ਮੀਟਰ, ਤੇ ਇਹ ਅੱਬੂ ਜਾਨ ਦੇ ਨਾਮ ਤੋਂ ਸਾਡੇ ਘਰ ਮੀਟਰ ਨਹੀਂ ਲੱਗਣਾ, ਫਿਰ ਅੰਮੀ ਜਾਨ ਦੇ ਨਾਮ ਤੇ ਲਵਾਉਣਾ ਪੈਣਾ ਹੈਗਾ, ਸਾਡੇ ਘਰ ਆਈ ਡੀ ਕਾਰਡ ਹੁਣ ਅੰਮੀ ਜਾਨ ਦਾ ਹੀ ਹੈਗਾ, ਦਾਦੇ ਦੇ ਨਾਮ ਤੇ ਹੈਗਾ ਅੱਗੇ, ਫਿਰ ਮੇਰਾ ਤਾਂ ਪੜਦਾਦਾ ਹੋਇਆ ਨਾ, ਫਿਰ ਪੜਦਾਦਾ ਹੋਇਆ, ਸਾਡੀ ਪੰਜਾਬੀ ਕਹਿੰਦੇ ਆ ਪੜਦਾਦਾ, ਦਾਦੇ ਦਾ ਪਿਓ ਪੜਦਾਦਾ, ਉਹ ਮੇਰਾ ਪੜਦਾਦਾ ਲਿਖਦਾ ਸੀ। ਚਲੋ ਅੰਮੀ ਜਾਨ ਹੁਣ ਆਪਾਂ ਪਹਿਲੇ ਚਲੀਏ ਸ਼ਹਿਰ, ਜਿੰਨੇ ਕੁ ਤੁਹਾਡੇ ਕੋਲ ਪੈਸੇ ਬਚੇ ਨੇਗੇ, ਹੁਣ ਵੀਵਰਾਂ ਨੂੰ ਕੀ ਦੱਸੀ, ਸ਼ਰਮ ਆਵੇਗਾ ਦੱਸਣ ਲੱਗਿਆ ਵੀ ਕਿੰਨੇ ਕੁ ਅਸੀਂ ਪੈਸਾ ਸਮਾਨ ਲੈਣ ਜਾਣ ਲੱਗਿਆ, ਪਤਾ ਕਰਨਾਗੇ ਕੱਲ ਗਈ ਸੀਗੇ ਨਾ ਜਾ ਕੇ ਪਤਾ ਕਰਨਾਗੇ, ਰਾਤ ਨੂੰ ਰਾਤੀ ਇਜਾਜ਼ ਹੋ ਲੈ ਸੀ ਆਪਣੇ ਲਈ, ਉਹਨੇ ਪੁੱਛਣਾ ਤਾਂ ਹੈਗਾ ਵੀ ਰਾਤ ਨੂੰ ਸਾਡੇ ਲਈ ਤਾਂ ਕਿਉਂ ਨਹੀਂ ਆਇਆ, ਅੱਛਾ ਉਹ ਕੋਈ ਨਹੀਂ, ਹੁਣ ਉਹ ਵੀ ਉਹਨਾਂ ਦਾ ਬੇਟਾ ਹੈਗਾ, ਉਦਾਂ ਹੀ ਉਹਨਾਂ ਰਵਣਾ ਫਰਜ਼ ਬਣਦਾ ਹੈਗਾ, ਹੁਣ ਇਹ ਦੇਖ ਲਓ ਕਿ ਇੱਕ ਦਿਨ ਨੂੰ ਚਾਚੂ ਇਜਾਜ਼ ਹੋਰਾਂ ਲੈ ਚਲੀ ਗਈਆਂ ਨੇਗੀਆਂ ਦਾਦੀ ਜਾਨ, ਤੰਮੀ ਜਾਨ ਕਹਿ ਰਹੀਆਂ ਉਦਾਂ ਹੀ ਕਿਉਂ ਇੱਕ ਦਿਨ ਗਈਆਂ, ਉਹਨਾਂ ਨੂੰ ਜਦ ਪੁੱਛਾਂਗੇ ਸੀ ਕਿਉਂ, ਉਹਨਾਂ ਦਾ ਫਰਜ਼ ਬਣਦਾ, ਉਹ ਵੀ ਉਹਨਾਂ ਦੇ ਬੇਟਾ ਉਦਾਂ ਹੀ ਰਵਣ ਆਪਣੇ ਲਈ, ਜਦੋਂ ਉਹਨੇ ਦਿਲ ਕਰਦਾ ਉਹ ਸਾਡੇ ਲਈ ਆ ਜਾਂਦੇ, ਜਦੋਂ ਉਹਨੇ ਦਿਲ ਕਰਦਾ ਫਿਰ ਆਪਣੇ ਦੂਸਰੇ ਬੇਟੀਆਂ ਬੇਟਿਆਂ ਵਾਲੇ ਚਲੀ ਜਾਂਦੀਆਂ ਨੇਗੀਆਂ, ਅਤੇ ਆਪਾਂ ਹੁਣ ਚੱਲੀਏ
ਤੇ ਦਾਦੀ ਦਾਦੇ ਹੋਰਾਂ ਨੂੰ ਬੋਲਵਾਂਗੇ ਤੇ ਅੱਗੇ ਪਹਿਲੇ ਜਾਂਦੇ ਹੋ ਦਾਦੀ ਦਾਦੇ ਲੋਲਨੇ ਵਾਪਸੀ ਤੇ ਫਿਰ ਸ਼ਹਿਰੋਂ ਸਮਾਨ ਲੈ ਕੇ ਆ ਜਾਵਾਂ। ਚਲੋ ਨਾ ਕਿਉਂਕਿ ਦੁਕਾਨ ਹੀ ਸੁਬਾਹ ਲਾਦੀ ਬੰਦ, ਸਮਾਨ ਤਾਂ ਅੰਦਰ ਕੁਛ ਹੈ ਨਹੀਂ, ਜਿਹੜਾ ਮਾੜਾ ਮੋਟਾ ਨੇ ਜਿਹੜੇ ਜੇ ਪੱਤੀਆਂ ਵਗੈਰਾ ਹੋ ਗਈਆਂ ਹੋਰ ਆਪਣੇ ਚੀਜ਼ਾਂ ਜਿਹੜੀਆਂ ਨੇ ਬੱਚਿਆਂ ਦੇ ਖਾਣ ਪੀਣ ਦੀ ਮਾੜੀ ਮੋਟੀ ਚੀਜ਼ਾਂ ਇਹ ਲੈਣੇ, ਬਾਕੀ ਸਾਡੇ ਕੋਲ ਚੀਨੀ ਪਈ, ਘੀ ਵਗੈਰਾ ਜਾਂ ਮੇਨ ਚੀਜ਼ ਆਈਟਮਾਂ ਸੀ ਨਾ ਉਹ ਸਾਡੇ ਕੋਲ ਮਾਸ਼ਾਅੱਲਾ ਹਾਲੇ ਤੱਕ ਪਈਆਂ ਨਹੀਂ, ਲੇਕਿਨ ਅਸੀਂ ਤਾਂ ਇਹ ਕੋਸ਼ਿਸ਼ ਕਰਨੇ ਸੇਲ ਹੋ ਜਾਵਾਂ। ਇਹ ਨਾ ਸਿੱਖਿਆ ਜੇ ਅਸਰ ਕਹਿ ਰਿਹਾ ਮਾਸ਼ਾਅੱਲਾ ਪਈਆਂ ਨਹੀਂ ਆ, ਮੇਰੀ ਤਾਂ ਇਹ ਕੋਸ਼ਿਸ਼ ਹੁੰਦੀ ਹੈ ਜਲਦੀ ਜਲਦੀ ਸੇਲ ਹੋ ਜਾਣ, ਲੇਕਿਨ ਫਿਰ ਅਗਰ ਨਹੀਂ ਸੇਲ ਹੋਈਆਂ ਨੇਗੀਆਂ ਤਕਰੀਬਨ ਅੱਧੀ ਬੋਰੀ ਆਪਣੇ ਕੋਲ ਚੀਨੀ ਦੀ ਪਈ ਹੈਗੀ, ਬਾਕੀ ਘੀ ਦੀ ਵੀ ਅੱਧੀ ਪੇਟੀ ਪਈ ਹੈਗੀ, ਅੱਧੀ ਪੇਟੀ ਸੇਲ ਹੋ ਗਈ ਹੋਈ ਹੈ। ਅਗਲੀ ਵਾਰ ਜਦੋਂ ਸਮਾਨ ਲਵਣਗੇ ਉਦੋਂ ਇਹ ਵੀ ਚੀਜ਼ਾਂ ਮੈਨੂੰ ਲਿਆਉਣੀਆਂ ਪੈਣਗੀਆਂ ਕਬੂਤਰਾਂ ਤੱਕ ਇਹ ਸੇਲ ਹੋ ਜਾਣੀਆਂ ਨੇ। ਐਂਡ ਤੇਰਾ ਤੇ ਮੇਰਾ ਹੁਣ ਕੰਪੀਟੀਸ਼ਨ, ਮਤਲਬ ਕਿ ਮੁਕਾਬਲਾ ਹੈਗਾ ਕਿ ਤੂੰ ਆਪਣੇ ਪਹਿਲੇ ਚੂਜ਼ੇ ਵੱਡੇ ਕਰਨਾ ਕਿ ਮੈਂ ਆਪਣੀ ਮੁਰਗੀਆਂ ਤੇ ਜੇ ਮੁਰਗੇ ਨੇਗੇ ਇਹਨਾਂ ਨੂੰ ਵੱਡਿਆ ਕਰਨਾ। ਅਸਨੈਣ ਵੈਸੇ ਇੱਕ ਗੱਲ ਲਈ, ਉਹ ਨਿਸ਼ਾਨਾ ਲਾਈ ਖੋ ਤੋ ਪਰਲੇ ਤੇ ਉਹਦੀ ਰੇਂਜ ਚ ਬੈਠਾ, ਹਾਂ ਇਹਨਾਂ ਨੂੰ ਬਲਕਿ ਅੰਦਰ ਹੀ ਲੈ ਜਾ, ਵਾਕਈ ਵਿਚਾਰਿਆਂ ਨੂੰ ਕਿੱਥੇ ਬਾਹਰ ਕੱਢੀਏ, ਕਾਵਾਂ ਵਗੈਰਾ ਤੂੰ ਇਹਨਾਂ ਨੂੰ ਬਚਾਉਣਾ ਪੈਂਦਾ। ਵੈਸੇ ਅਸਨੈਣ ਮੁਕਾਬਲਾ ਰੱਖਣਾ, ਕਹਿੰਦੇ ਪਹਿਲੇ ਵੱਡੇ ਹੁੰਦੇ ਨੇ ਚੂਜ਼ੇ, ਮੇਰੇ ਵੱਡੇ ਕਿੱਥੇ ਨੇਗੇ, ਛੋਟੇ ਜੇ ਤਾਂ ਨੇਗੇ ਤੇਰੇ ਵਾਲੇ ਜਿੰਨੇ, ਉਹ ਤੇਰੇ ਪਿਆਰੇ ਨੇਗੇ, ਮੇਰੇ ਜਿਹੜੇ ਨੇ ਵੈਸੇ ਉਹ ਥੋੜਾ ਜਿਹਾ ਲੱਗਦੇ ਨੇਗੇ ਦੇਖਣ ਨੂੰ ਵੱਡੇ ਨੇਗੇ। ਅਸਨੈਣ ਸਮਝਦਾਰ ਹੈ, ਬੱਚਾ ਕੋਈ ਹੋਰ ਹੁੰਦਾ ਕਹਿੰਦਾ ਆ ਰੱਖ ਲਾ ਮੁਕਾਬਲਾ ਆ ਜਾ, ਇਹਨੂੰ ਨਮੀ ਜਾਣਾ ਦਿਲ ਅੱਧੇ ਕੇ ਚੇਕ ਦਿਓ ਕੋਈ ਟੈਨਸ਼ਨ ਨੀ ਹੈਗੀ। ਐਸੇ ਨਾ ਤੁਸੀਂ ਅੰਦਾਜ਼ਨ ਦੱਸਣਾ ਹੈਗਾ ਚਾਰ ਜਿਹੜੇ ਨਾ ਦੋ ਮੁਰਗੀਆਂ ਤੇ ਦੋ ਮੁਰਗੇ ਸਾਨੂੰ ਕਿਤਨੇ ਦੇ ਮਿਲੇ ਹੋਣਗੇ, ਐਸੇ ਨੇ ਬਾਕੀ ਇਹਨਾਂ ਦਾ ਦੇਖ ਲਿਆ ਕਿਤਨੀ ਕਿਤਨੀ ਹਾਈਟ ਹੈ ਮਾਸ਼ਾਅੱਲਾ, ਕਿਤਨੇ ਪਿਆਰੇ ਪਲੇ ਹੋਏ ਨੇਗੇ। ਚਲੀਏ ਮੋਟਰਸਾਈਕਲ ਮੇਰਾ ਅੱਗੇ ਗਰਾਜ ਚ ਖੜਾ ਹੈਗਾ, ਆਪਣੀ ਲੈਂਡ ਕਰੋਜ਼ਰ ਖੜੀ ਗਰਾਜ ਤੋਂ ਉਹਨਾਂ ਨੂੰ ਕੱਢੀਏ। ਸਦਰਾ ਮਾਸ਼ਾਅੱਲਾ ਸਾਡੇ ਘਰ ਦੇ ਅੱਗੇ ਫਰੰਟ ਸਾਈਡ ਦੀ ਨਾ ਕਿਆ ਬਾਤ ਹੈ ਜੀ, ਦਿਨ ਬ ਦਿਨ ਹਰਿਆਲੀ ਵਧਦੀ ਜਾ ਰਹੀ। ਤੱਬੂ ਜਾਨ ਜਿਹੜੇ ਨੇ ਤੁਸੀਂ ਦੱਸਿਆ ਨੀ ਤੁਸੀਂ ਆ ਗਏ ਸੀ ਇੱਧਰ ਚਾਰਾ ਕੱਟਣ, ਚਲੋ ਲੈ ਚਲੋ ਮੈਂ ਸੈਕਿੰਡ ਟਾਈਮ ਜਾ ਨਾ ਫਿਰ ਹੋਰ ਵੱਢ ਲਿਆ। ਕੱਲ ਸੈਕਿੰਡ ਟਾਈਮ ਨਾ ਅੱਬੂ ਜਾਨ ਤੋਂ ਮੈਂ ਗਿਆ ਸੀ, ਉਦੋਂ ਵੱਢ ਕੇ ਲੈ ਆਇਆ ਸੀ ਘਾਸ ਵਗੈਰਾ ਮਾਸ਼ਾਅੱਲਾ, ਉਹ ਹੁਣ ਹੀ ਖਤਮ ਹੋਇਆ ਤਾਂ ਅੱਬੂ ਜਾਨ ਨਾਲ ਥੋੜ੍ਹਾ ਜਿਹਾ ਲੈ ਨਹੀਂ, ਗਰਮੀ ਹੁਣ ਬਹੁਤ ਜ਼ਿਆਦਾ ਬਾਅਦ ਜਿਹੜੇ ਨਾ ਆ ਕੇ ਵੱਢ ਲਿਜਾਵਾਂਗੇ ਹੋਰ, ਅਤੇ ਉਦੋਂ ਤੱਕ ਮੈਂ ਬਾਕੀ ਕੰਮ ਜਿਹੜੇ ਨਾ ਖਤਮ ਕਰ ਲਵਾਂਗਾ, ਫਿਰ ਬਾਅਦ ਚੱਲਣੇ ਆਏ ਪਹਿਲੇ ਇੱਧਰੋਂ ਨਾ ਦਾਦੀ ਦਾਦੇ ਕੋ ਹੋ ਲਈਏ, ਪਤਾ ਨਹੀਂ ਗਾਰ ਫਿਰਦੇ ਹੀ ਹੋਣਗੇ ਅੱਬੂ ਜਾਨ ਕਿ ਨਹੀਂ ਕੀਤਾ, ਜਦ ਅਸੀਂ ਯਾਦ ਹੋਣਾ ਨਹੀਂ ਹੋ, ਚਲੋ ਕਰ ਲੈ ਉਹ ਤਾਂ। ਕਿਆ ਬਾਤ ਹੈ ਜੀ ਭਾਈ ਸਾਹਿਬ, ਦੁਬਾਰਾ ਫਿਰ ਹੀ ਹੋ ਗਏ ਨੇਗੇ ਆ ਪੌਦੇ ਜਿਹੜੇ ਸੀਗੇ, ਦੇਖ ਲਓ ਅੱਬੂ ਜਾਨ ਸਰਦੀਆਂ ਦੇ ਵਿੱਚ ਬਿਲਕੁਲ ਹੀ ਖਤਮ ਹੋ ਗਏ। ਇੱਥੇ ਹੀ ਦਾਦਾ ਜਾਨ ਉਹਨਾਂ ਲੈ ਆ ਗਿਆ, ਦਾਦਾ ਜਾਨ ਜਿਹੜੇ ਨਾ ਏਅਰ ਕੂਲਰ ਪਾਣੀ ਵਰ ਰਹੇ ਸੀਗੇ ਠੰਡਾ ਕਰਕੇ, ਤੇ ਇੱਥੇ ਨਾ ਰੈਸਟ ਕਰਨ ਲੱਗੇ ਨੇਗੇ ਕਿਉਂਕਿ ਇਕੱਲੇ ਹੀ ਗਾਰੇ ਫਿਰਦੇ ਨੇਗੇ। ਦਾਦੀ ਜਾਨ ਜਿਹੜੀਆਂ ਨੇਗੀਆਂ ਉਹਦੇ ਚਾਚ ਯਾਦ ਦੌਰਾ ਲੈ, ਮੰਮੀ ਜਾਨ ਨੂੰ ਪਹਿਲੇ ਕਹਿ ਰਿਹਾ ਸੀਗਾ ਕਿਉਂਕਿ ਨਾ ਉਦਾਂ ਹੀ ਮੈਨੂੰ ਸ਼ੱਕ ਪੈ ਰਿਹਾ ਸੀ ਹੋਣੀਆਂ ਨੇਗੀਆਂ, ਤੇ ਚਲੋ ਕੋਈ ਨਾ। ਬਾਕੀ ਦਾਦਾ ਜਾਨ ਉਹਨਾਂ ਦਾ ਮਾਸ਼ਾਅੱਲਾ ਪਿਆਰਾ ਜਿਹਾ ਗਾਰਡਨ, ਕਿਆ ਬਾਤ ਹੈ, ਹੁਣ ਵੇਖੋ ਹਰਿਆਲੀਆਂ ਹਰਿਆਲੀਆਂ, ਤੇ ਇਹਦੇ ਤੇ ਨਾਲ ਪੂਰੀ ਫਸਲ ਲਾ ਲਈ ਅਸੀਂ ਤੋਰੀਆਂ ਦੀ, ਉਹ ਚੈੱਕ ਕਰੋ ਥੱਲੇ ਨਾਲ ਨਾਲ ਨਾ, ਇਹ ਮਸ਼ਵਰਾ ਮੈਂ ਹੀ ਦਿੱਤਾ ਸੀ ਦਾਦਾ ਜਾਨ, ਮੈਂ ਕਿਹਾ ਤੁਸੀਂ ਨਾ ਵੈਸੇ ਦਾਦਾ ਜਾਨ ਜਿਤਨੀ ਜਗ੍ਹਾ ਵਿਹਲੀ ਪਈ ਉਹ ਕਲੋਨੀ ਵਾਲੇ ਨੱਕ ਸੀ ਕਬਜ਼ਾ ਕਰ ਰਹੇ, ਪਰ ਗੱਡਣ ਦਿਓ ਸਾਨੂੰ ਇੱਥੇ ਤੋਰੀਆਂ ਛੋਟੀ, ਬੰਦਾ ਡੇਲੀ ਦੇ ਦੋ ਸ਼ਾਪਾਂ ਦੀ ਮੰਡੀ ਗੱਲੀ ਰੱਖੇ ਨਾ ਤਾਂ ਕੋਈ 600-700 ਰੁਪਏ ਦਿਹਾੜੀ ਲੱਗ ਜਾਂਦੀ। ਮਾਸ਼ਾਅੱਲਾ ਬਹੁਤ ਪਿਆਰੀਆਂ ਤੋਰੀਆਂ ਲੱਗਦੀਆਂ ਦਿਨ ਬ ਦਿਨ, ਬਹੁਤ ਤੋਰੀ ਮਾਸ਼ਾਅੱਲਾ ਲੱਗਦੀ ਪਈ ਹੈਗੀ ਮਾਸ਼ਾਅੱਲਾ, ਚੈੱਕ ਕਰੋ ਜੀ।
ਕਿਆ ਬਾਤ ਹੈ, ਹਾਂ ਇਸ ਤਰ੍ਹਾਂ ਦੀ ਕਾਫੀ ਲੱਗੀ ਉੱਤੇ, ਫਿਰ ਉਹ ਉੱਚੀਆਂ ਹੀ ਲੱਗ ਰਹੀਆਂ ਇੱਥੇ ਨਾ ਬੀਜ ਦਾਦਾ ਜਾਣ ਦਾ ਪਕਾਓ, ਮੈਂ ਤੁਹਾਨੂੰ ਅਗਲੇ ਦਿਨ ਹੀ ਕਹਿ ਰਿਹਾ ਸੀ ਤੁਸੀਂ ਇਹਦਾ ਬੀਜ ਲਿਆ ਕਿੱਥੋਂ ਸੀ? ਉਹ ਫਿਰ ਉਹੀ ਹੈ ਨਾ, ਉਹ ਗੱਡਦੇ ਹੋਣੇ ਨੇ, ਉਹ ਗੱਡਦੇ ਹੀ ਹੋਣੇ ਨਾ ਕੋਈ ਹਾਂਜੀ, ਕਟਿੰਗ ਵਗੈਰਾ ਕਰਦਾ ਮਤਲਬ ਕਿ ਮਾਲੀ ਜਿਹੜਾ ਕਲੋਨੀ ਦਾ ਉਹਨੇ ਲਿਆ ਕੇ ਦਿੱਤਾ ਸੀ, ਉਹੀ ਉਹਨੇ ਘਰ ਚ ਕੋਈ ਗੱਡੀਆਂ ਹੋਣੀਆਂ ਨਹੀਂ ਹੈ, ਘਰ ਦਾ ਬੀਜ ਮੈਂ ਕਹਾਂ ਕਿ ਜਿਹਾ ਬਾਜ਼ਾਰੀ ਬੀਜ ਹੁੰਦਾ ਨਾ ਇਤਨਾ ਨਹੀਂ ਉਹਦੇ ਤੇ ਲੱਗਦੀਆਂ, ਉਹ ਖਰਾਬ ਹੋ ਜਾਂਦੀਆਂ ਨਹੀਂ ਆ। ਇਹ ਮਾਸ਼ਾਅੱਲਾ ਦੇਖੋ ਨਾ ਕਿੰਨੀ ਪਿਆਰੀ ਪਿਆਰੀ ਤੋਰੀਆਂ ਲੱਗ ਰਹੀਆਂ, ਵੱਡੀ ਦੇਖਣੀ ਹੈ ਨਾ। ਅੱਛਾ ਇੱਥੇ ਥੱਲੇ ਹੈਗੀ ਕਿਧਰੇ, ਛੱਡੋ ਪਰ ਉਹ ਤੋਂ ਹਰੇ ਰਹੀਆਂ ਨਜ਼ਰ ਆ ਰਹੀਆਂ ਨੇ, ਟੁੱਟ ਜਾਣਗੀਆਂ। ਇਹ ਬੂਟੀ ਜਿਹੜੀ ਹੈ ਨਾ, ਇਹ ਮੈਂ ਤੁਹਾਡੇ ਕੋਲ ਸੱਚ ਪੁੱਛਣਾ ਸੀਗਾ, ਇਹ ਮੈਂ ਘਰ ਵਾਸਤੇ ਕੁਛ ਲੈ ਜਾਣੀ ਦਾਦਾ, ਇਹ ਤਾਂ ਮੇਰੀ ਨਿਕਲੀ ਖੋਤੀ ਹੈ ਜੀ, ਬਸ ਲਿਆ ਕੇ ਲਾਈ ਮੈਂ ਇੱਥੇ ਸੀਗੀ ਤੇ ਅੱਜ ਦੇਖ ਲਓ ਮੈਂ ਇੱਥੋਂ ਲਿਜਾ ਰਿਹਾ ਹਾਂ ਘਰ ਲਾਉਣ ਵਾਸਤੇ। ਨਹੀਂ ਇਹ ਮੈਂ ਨਾ ਉਹ ਉਧਰੋਂ ਹਟਦਾ ਹੋਇਆ ਲੈ ਜਾਵਾਂਗਾ, ਵੈਸੇ ਮੈਂ ਕਿਹਾ ਦਾਦਾ ਜਾਨ ਕੋ ਪੁੱਛਾਂਗਾ ਨਾ, ਕਿਉਂਕਿ ਮੈਂ ਉਹਨੂੰ ਅੱਗੇ ਘਰ ਦੇ ਬਣਾ ਲਈ ਮਿੱਟੀ ਵਗੈਰਾ ਪਾ ਕੇ ਜਗ੍ਹਾ, ਉੱਥੇ ਬੂਟੇ ਛੂਟੇ ਲਾਏ ਨੇ, ਮੈਂ ਉੱਥੇ ਉਹਨਾਂ ਥੋੜੀ ਜਿਹੀ ਬੂਟੀ ਕੱਢਾਂ ਘਰ ਦੇ ਅੱਗੇ ਖਿਲਰੀ ਪਿਆਰੀ ਲੱਗੀ, ਹਾਂ ਗੋਗੂ ਨਾ ਕੱਟ ਕੇ ਤੇ ਉੱਥੇ ਲਾ ਦੇਵਾਂਗੇ, ਇਹ ਕੱਟ ਕੇ ਲਾ ਦੇਵੇ ਨਾ ਦੂਸਰੀ ਜਗ੍ਹਾ ਤੇ ਉੱਥੇ ਬਾਅਦ ਬਹੁਤ ਖਿਲਰ ਜਾਣੀ ਜਿਵੇਂ ਇੱਥੇ ਖਿਲਰੀ ਹੋਈ ਹੈ। ਮਾਸ਼ਾਅੱਲਾ ਨੇ ਡੇਲੀ ਬਹੁਤ ਫੁੱਲ ਲੱਗਦੇ ਨੇ, ਡੋਡੀਆਂ ਦੇਖੋ ਕਿਤਨੀਆਂ ਲੱਗੀਆਂ। ਚਲੋ ਕੋਈ ਨਾ ਲਫਾ ਕੰਮ ਕਰੇਗਾ, ਬਾਕੀ ਇੱਧਰ ਵੀ ਸਾਰੀਆਂ ਚੀਜ਼ਾਂ ਨਹੀਂ, ਸਬਜ਼ੀਆਂ ਦਾਦਾ ਯਾਰ ਨੇ ਬੜੀਆਂ ਲਾਈਆਂ ਸੀਗੀਆਂ ਸਾਰੀਆਂ ਮਾਸ਼ਾਅੱਲਾ, ਇਹਦੇ ਤੇ ਲੱਗੇ ਸੀਗੇ ਟਮਾਟਰ ਹੈ, ਟਮਾਟਰਾਂ ਦਾ ਪੌਦਾ ਹੁਣ ਤਾਂ ਮੁਰਝਾ ਗਿਆ, ਲੇਕਿਨ ਇਹ ਪੁਦੀਨਾ ਚੈੱਕ ਕਰੋ, ਆਹਾ ਤਾਜ਼ਾ ਤਾਜ਼ਾ ਫਰੈਸ਼ ਫਰੈਸ਼ ਪੁਦੀਨਾ, ਤੇ ਬਾਕੀ ਉੱਧਰ ਹੀ ਤੋਰੀਆਂ ਦੀ ਵੱਲਾਂ ਨਹੀਂ ਸਾਰੀਆਂ ਨਾਲ ਨਾਲ, ਇਹਦੇ ਤੇ ਤੋਰੀਆਂ ਨਹੀਂ ਹੈ। ਹਾਂਜੀ ਫਿਰ ਚੱਲੀਏ ਸ਼ਹਿਰ, ਸ਼ਹਿਰੋਂ ਚੱਲ ਕੇ ਆਪਣੀ ਸ਼ੋਪ ਤੋਂ ਕੋਈ ਸਮਾਨ ਵਗੈਰਾ ਲਈਏ, ਠੀਕ ਹੈ ਦਾਦਾ ਜਾਨ? ਫਿਰ ਅਸੀਂ ਉਧਰੋਂ ਹੀ ਹੋ ਲਵਾਂਗੇ, ਉੱਧਰ ਹੀ ਉਹਨਾਂ ਨੇ ਆਉਣਾ ਨਾ, ਲਵਨ ਤਾਂ ਨਹੀਂ ਜਾਣਾ ਉਹ ਨਾ ਹੋਵੇ, ਸ਼ਾਮ ਟਾਈਮ ਇੱਥੇ ਆ ਜਾਣ। ਚਲੋ ਠੀਕ ਹੈ ਉਧਰੋਂ ਹੀ ਹੋ ਲਵਾਂਗੇ, ਚਾਚੀ ਜਾ ਤੋਰਾਂ ਉਹਦੇ ਚਲੇ ਜਾਵਾਂਗੇ। ਓਕੇ ਅੱਛਾ, ਉਹਨਾਂ ਨੂੰ ਹੁਣ ਛੱਡਣ ਜਾਣਾ, ਟਿਊਸ਼ਨ ਗਈ ਹੋਣੀ, ਉਹ ਟਿਊਸ਼ਨ ਛੱਡਿਆ ਨਾ ਜਾ ਕੇ ਤੇ, ਹਾਂ ਉਹੀ ਨਾ। ਚਲੋ ਕੋਈ ਨਾ, ਚਲੋ ਜੀ ਲਓ ਜੀ ਇੱਥੇ ਸ਼ਹਿਰ ਆ ਗਏ, ਹੁਣ ਚੱਲ ਕੇ ਸ਼ੋਪ ਦਾ ਸਮਾਨ ਲਈਏ, ਇੱਥੇ ਅੰਕਲ ਬਾਬਰ ਕੋਲ ਚੱਲਦੇ ਹਾਂ ਅੱਗੇ, ਇੱਥੇ ਉਹਨਾਂ ਦੀ ਦੁਕਾਨ ਹੈ। ਲਓ ਜੀ ਇੱਥੋਂ ਸਮਾਨ ਲੈ ਲੈਂਦੇ ਹਾਂ, ਉੱਥੇ ਜਿਹੜਾ ਜਿਹੜਾ ਸਮਾਨ ਲੈ ਜਾਣਾ ਹੈਗਾ ਕੱਢ ਲੈਂਦੇ ਹਾਂ, ਅੱਗੇ ਤੋਂ ਉਸ ਤੋਂ ਬਾਅਦ ਫਿਰ ਦੰਦ ਖਾਂਦੇ ਹਾਂ, ਅਤੇ ਇੱਥੋਂ ਬਿਸਕਟ ਵੀ ਕੱਢ ਲੈਂਦੇ ਹਾਂ, ਇੱਕ 20 ਰੁਪਏ ਵਾਲਾ ਸੁਪਰ, ਇਹ 30 ਰੁਪਏ ਵਾਲਾ, 30 ਰੁਪਏ ਵਾਲਾ ਹੋ ਗਿਆ, ਅਤੇ ਬਾਕੀ ਇੱਕ ਮਜਾਣਾ ਪਾਰਟੀ ਪੈਕ ਇਹ ਲੈ ਲਈਏ 40 ਰੁਪਏ ਵਾਲਾ, ਠੀਕ ਹੋ ਗਿਆ ਤਿੰਨੇ ਕਰ ਲਓ। ਇਹ ਜੀ ਆਪਣਾ ਹੀ ਸਮਾਨ ਪਿਆ ਹੈਗਾ, 10 ਰੁਪਏ ਵਾਲਾ ਬਿਸਕਟ ਜਾ ਲੈ ਲਈਏ, ਪਹਿਲਾਂ ਕਲਰ ਬਣਾ ਲੈਂਦੇ ਤੋਂ ਉਸ ਬਾਅਦ ਲੈ ਚੱਲਦੇ ਹਾਂ, ਚੱਲ ਗਰਦਨ ਦਿਖਾਵਾਂਗਾ ਸਾਰੀ। 4,080 ਰੁਪਏ ਦਾ ਆਪਣਾ ਸਮਾਨ ਬਣ ਗਿਆ, ਪੈਕ ਹੋ ਗਿਆ, ਲੈ ਚੱਲੀਏ ਆਪਣੀ ਸ਼ੋਪ ਦਾ ਸਮਾਨ ਵੀ ਲੈ ਲਿਆ ਹੈਗਾ, ਇੱਥੋਂ ਹੁਣ ਫਿਰ ਚੱਲੇ ਹਾਂਗੇ ਘਰ, ਵੈਸੇ ਦਾਦਾ ਜਾਨ ਉਹਨਾਂ ਨੇ ਜਾਣਾ ਸੀ ਬੂਟੀ ਪੱਟ ਕੇ ਲੈ ਜਾਣੀ, ਲੇਕਿਨ ਫਿਰ ਚੱਕਰ ਲਾਵਾਂਗਾ ਨਾ ਮੈਂ, ਕਿਉਂਕਿ ਦਾਦਾ ਜਾਨ ਹੁਣ ਖੁਦ ਘਰ ਨਹੀਂ ਫਿਰਦੇ ਆਉਣੇ ਨੇਗੇ, ਫਿਰ ਉਹਨਾਂ ਕੋਲ ਜਿਵੇਂ ਕਿ ਕੋਲ ਖੜੇ ਹੋਣ ਨਾਲ, ਅਤੇ ਜਿੱਥੇ ਤੂੰ ਕਹਾਂਗੇ ਉੱਥੋਂ ਤੋਂ ਮੈਂ ਤੋੜ ਲਵਾਂਗਾ, ਤੂੰ ਕਹਿ ਨਹੀਂ ਇੱਧਰ ਉਹਨਾਂ ਦੀ ਦੇਖਾਂ ਤੋਂ ਬਗੈਰ ਗੈਰ ਮੌਜੂਦਗੀ ਜਿਹਨੇ ਤੋੜਨਾ ਅੱਛਾ ਨਹੀਂ ਰਹੇ, ਆ ਜਾਵਾਂਗੇ ਨਾ, ਅਤੇ ਫਿਰ ਜਦੋਂ ਘਰ ਫਿਰਦੇ ਉਸ ਦਿਨ ਕਦੀ ਚੱਕਰ ਲੱਗਿਆ ਨਾ ਫਿਰ ਬੂਟੀ ਲੈ ਜਾਵਾਂਗੇ, ਉਹ ਤਾਂ ਘਰ ਦੇ ਕੇ ਕੱਢਾਂਗੇ।
ਇਹਨਾਂ ਦੇ ਫੁੱਲ ਜਿਹੜੇ ਨਾ ਬਹੁਤ ਪਿਆਰੇ ਹੁੰਦੇ ਨੇ, ਜ਼ਿਆਦਾਤਰ ਜਿਹੜੇ ਪਿੰਕ ਕਲਰ ਦੇ ਇਹਨਾਂ ਦੇ ਫੁੱਲ ਹੁੰਦੇ ਨੇ ਤੇ ਬਹੁਤ ਹੀ ਖੂਬਸੂਰਤ, ਜਿਸ ਤਰ੍ਹਾਂ ਮੇਰੀ ਸ਼ਰਟ ਹੈ ਨਾ ਇਸੇ ਤਰ੍ਹਾਂ ਕਲਰ ਹੁੰਦਾ ਸੀ। ਇੱਥੇ ਵਾਪਸ ਜੀ ਘਰ ਅਸੀਂ ਆ ਗਏ ਹਾਂਗੇ ਤੇ ਇੱਥੇ ਆਇਸ਼ਾ ਹੋਰਾਂ ਨੇ ਬਾਹਰ ਚਾਰ ਪਾਈਆਂ ਕੱਢ ਕੇ ਸੈਟਿੰਗ ਵਗੈਰਾ ਇਹਨਾਂ ਦੀ ਕਰਤੀ ਹੋਈ ਹੈ ਤੇ ਆਪਣੀ ਜਿਹੜੀਆਂ ਮੁਰਗੀਆਂ ਨੇਗੇ ਉਹ ਵੀ ਇੱਥੇ ਥੱਲੇ ਫਿਰਦੇ ਨੇਗੇ। ਇਸ ਤਰ੍ਹਾਂ ਪੂਜਾ ਨੇ ਖੁੱਲੇ ਮਾਹੌਲ ਰਹੇ ਨਾ ਤੇ ਜਲਦੀ ਵੱਡੇ ਹੋਣਗੇ ਔਰ ਜ਼ਿਆਦਾ ਪਲਣਗੇ। ਉਹ ਬਣਾਵਾਂਗਾ, ਵੈਸੇ ਵੀਵਰਾਂ ਕੋਲ ਪੁੱਛਿਆ ਮਸ਼ਵਰਾ ਲਿਆ ਇਸ ਜਗ੍ਹਾ ਤੇ। ਹਾਂ ਉਹ ਅਗਰ ਇਹਨਾਂ ਨੇ ਕਿਹਾ ਤੇ ਫਿਰ ਹੀ ਬਣਾਵਾਂਗੇ ਨਾ, ਫਿਰ ਕਹਿੰਦੇ ਮਸ਼ਵਰਾ ਨਹੀਂ ਇਹ ਇੰਨਾ ਬਣੇਗਾ ਨਾ ਤਕਰੀਬਨ ਇਤਨੀ ਜਗ੍ਹਾ ਕਲੋਜ਼ ਕਰੇਗਾ ਇਹਦੇ ਬਰਾਬਰ ਆ ਕੇ ਇਹਦੀ ਪੈ ਜਾਵੇਗੀ ਛੱਤ ਖੁੱਡੇ ਦੀ, ਜਿਹੜੀ ਉਤਲੀ ਜਗ੍ਹਾ ਰਹਿ ਜਾਣੀ ਇਹ ਇਹਦੀ ਛੱਤ ਤਾਂ ਪਹਿਲੇ ਬਣੀ ਹੋਣੀ ਉਸੇ ਖੁੱਡੇ ਦੇ ਉੱਤੇ ਡਬਲ ਮੰਜ਼ਿਲ ਬਣ ਜਾਵੇਗਾ ਤੇ ਇੱਥੇ ਨਾ ਦਰਵਾਜ਼ਾ ਲੱਗ ਜਾਵੇਗਾ ਛੋਟਾ ਜਿਹਾ, ਛੋਟੇ ਚੂਜ਼ਿਆਂ ਲਈ। ਹਾਂ ਅੱਗੇ ਜਾਲੀ ਵਗੈਰਾ ਲੱਗ ਗਈ ਆ ਦਰਵਾਜ਼ਾ, ਇਸ ਤਰ੍ਹਾਂ ਉਹ ਛੋਟੇ ਚੂਜ਼ੇ ਹੀ ਇੱਥੇ ਆ ਜਾਣਗੇ ਵੱਡੇ। ਉਹ ਤਾਂ ਥੋੜਾ ਬਹੁਤਾ ਕੁਛ ਨੀ ਆਉਂਦਾ, ਹੁਣ ਬੱਕਰੀਆਂ ਘਰ ਚ ਫਿਰਦੀਆਂ ਨਹੀਂ ਉਹਨਾਂ ਦਾ ਕੋਈ ਨੀ, ਸਹੀ ਕਹਿੰਦੇ ਨੇ ਖਾਣਾ ਅਲੱਗ ਹੈ ਦਿਨ ਨੂੰ ਬਾਹਰ ਬੰਨ ਦਿੰਦੇ ਆ ਬਿਲਕੁਲ। ਨਹੀਂ ਇਹਨਾਂ ਨੇ ਕਿਹਾ ਆਪਣੀ ਚਾਰ ਪਹੀਆਂ ਖਰਾਬ ਕੀਤੀ ਥੱਲੇ ਹੀ ਨਹੀਂ ਗਏ, ਫਰਸ਼ ਧੋਪ ਜਾਂਦਾ ਦੂਸਰੇ ਕਿਸੇ ਨੂੰ ਧੋਪ ਜਾਂਦਾ ਫਿਰ ਵੀ ਚਲੋ ਅਲੱਗ। ਹਾਂ ਅਬੂ ਜਾਨ ਇਸ ਚੀਜ਼ ਤੋਂ ਬੜਾ ਕਹਿੰਦੇ ਅੱਗੇ ਗਾਸ ਲੈ ਕੇ ਆਇਆ ਸੀਗੇ ਬੰਨੇ ਤੋਂ ਵੱਡੇ ਹੈਗਾ ਮਾਸ਼ਾਅੱਲਾ। ਚਲੋ ਕੋਈ ਨੀ ਹੋਰ ਲੈ ਆਉਂਦੇ ਹਾਂ ਹੁਣ ਚੱਲ ਫਿਰ ਅੰਮੀ ਜਾਨ ਅੰਦਰ ਪੱਟੇ ਵਗੈਰਾ ਕੱਢਣੀ ਕੱਢ ਰਹੀਆਂ ਨੇ ਦੁਕਾਨ ਦੇ, ਦੁਕਾਨ ਦਾ ਦਰਵਾਜ਼ਾ ਵੀ ਖੋਲ ਲਿਆ ਹੈਗਾ ਹੁਣ ਫਿਰ ਨਾ ਅੰਦਰੋਂ ਦੁਬਾਰਾ ਸੈਟਿੰਗ ਕਰਨੀ ਪੈਣੀ ਚੀਜ਼ਾਂ ਜੇ ਨਵੀਆਂ ਲੈ ਉਹ ਵੀ ਇਹਦੇ ਅੰਦਰ ਲਾਉਂਦੇ ਆਗੇ। ਦੁਕਾਨ ਦੇਖੋ ਬਿਲਕੁਲ ਖਾਲੀ ਖਾਲੀ ਹੋਈ, ਕਾਫੀ ਵਾਰ ਕਹਿ ਰਹੇ ਸੀ ਅਸਾਂ ਦੁਕਾਨ ਖਾਲੀ ਹੋਈ ਵੀ ਯਾਰ ਜਦੋਂ ਬੋਤਲਾਂ ਨੀ ਆਉਂਦੇ ਜਿੰਨਾ ਸ਼ੈਲਫਾਂ 'ਚ ਹੋਣੀ ਉਦੋਂ ਕਿੱਥੇ ਯਾਰ ਸਮਾਨ ਵੀ ਉਤਨਾ ਕੁ ਆਪਾਂ ਲੈਣੇ। ਅੱਗੇ ਲੈ ਆਉਂਦਾ ਸੀ ਮੈਂ ਇਕੱਠਾ 30-40 ਹਜ਼ਾਰ ਦਾ 50 ਹਜ਼ਾਰ ਦਾ 1,00,000 ਰੁਪਏ ਤੱਕ ਸਮਾਨ ਲੈ ਆਉਂਦਾ ਸੀਗਾ, ਲੇਕਿਨ ਹੁਣ ਉਨਾ ਸਾਡੇ ਕੋਲ ਬਜਟ ਨਹੀਂ ਅਸੀਂ ਉਤਨਾ ਕਿਵੇਂ ਸਮਾਨ ਲੈ ਆਈਏ। ਸਰ ਸੇਲ ਹੋਈ ਹੈ ਜਿਹੜੀ ਬੋਤਲਾਂ ਦੀ ਤੇ ਸਾਰੀ ਕਿਰਾਇਆ ਦੁਆਈ ਹੋਈ ਜੀ, ਮੱਛੇ ਟਾਪੇ ਨੇ ਉਹਦੀ ਆਪਾਂ ਲੈ ਕੇ ਥੋੜਾ ਖਾਣ ਦਾ ਨਾਲ ਪੇਟੀ ਘੀ ਦੀ। ਹਾਂ ਇਹ ਉਹ ਚੀਜ਼ਾਂ ਕਾਫੀ ਲੈ ਗਿਆ ਜਿਹੜੀਆਂ ਲੈ ਕੇ ਆ ਕੇ ਫਿਰ ਇਸ ਕਰਕੇ ਨਾ ਜਿਹੜੀਆਂ ਮੱਛੀਆਂ ਟਾਪੇ ਨੂੰ ਘਟ ਗਏ ਨੇ, ਇਹਨਾਂ ਦੇ ਅੱਗੇ ਥੋੜੇ ਪੈਸੇ ਨੇ ਮਿਲ ਜਾਂਦੇ ਕਿ ਜਿਸ ਤਰ੍ਹਾਂ 4,000 ਸੀਐਪ ਦੇ ਮਿਲ ਗਏਗੇ। ਹਾਂ ਕਾਫੀ ਸਾਰਾ ਸਮਾਨ ਅਮੀ ਜਾਨ ਤੇ ਖੋਲੋ ਨਾ ਇੱਥੇ ਦਿਖਾਣੇ ਆ ਥੋੜਾ ਕਰਕੇ ਨਾ ਜਿਹੜਾ ਨੇ ਮੈਂ ਕਿ ਬਾਈ ਰੱਖਾਂਗੇ, ਬਾਕੀ ਇਹ ਵੀ ਜਿਹੜੀ ਚੀਨੀ ਦਾ ਥੋੜਾ ਉਹ ਵੀ ਆ ਗਿਆ। ਚਲ ਕੀ ਚੀਨੀ ਆਪਣੀ ਪਈ ਪਰ ਅੱਛੇ ਚਾਵਲ ਹੀ ਪੈਣ, ਇੱਧੇ ਵੀ ਚਾਵਲ ਪੈਣੇ, ਉਹ ਘੀ ਵੀ ਉੱਧਰ ਪਿਆ ਹੈਗਾ। ਇਹ ਚੀਜ਼ਾਂ ਮੇਨ ਹੁੰਦੀਆਂ ਜਿਹੜੀਆਂ ਕਰਿਆਨੇ ਦੀਆਂ ਹੁੰਦੀਆਂ ਨੇ, ਮਹਿੰਗੀਆਂ ਮਹਿੰਗੀਆਂ ਮਾਸ਼ਾਅੱਲਾ ਸਾਡੇ ਘਰ ਮਾ ਪਈਆਂ ਨੇ ਗਿਆ, ਬਾਕੀ ਰਹਿ ਗਿਆ ਛੋਟਾ ਮੋਟਾ ਚੀਜ਼ਾਂ ਇਨਸ਼ਾਅੱਲਾ ਤਾਲਾ ਪੂਰੀ ਕਰ ਲੈਣੇ, ਮੇਨ ਬੋਤਲਾਂ ਨੇ ਗਿਆ ਉਹ ਵੀ ਜਿਹੜੇ ਨਾ ਕਰ ਲੈਣੇ ਆ ਗਏ ਪੂਰੀਆਂ, ਇਹਨੂੰ ਤੋੜ ਦਿਓ ਨਾ ਸਾਈਡ ਤੇ ਕਰ ਦਿਓ। ਤੇ ਪਹਿਲੇ ਜੀ ਆ ਗਈ ਮੋਬਾਈਲ ਬੰਟੀ, ਬਾਕੀ ਸਮਾਨ ਜੇ ਇੱਧਰ ਹੈਗਾ ਸ਼ੈਂਪੂ, ਸ਼ੈਂਪੂ 3 ਤਰ੍ਹਾਂ ਦੇ ਡਵ, ਲੈਫ ਬੁਆਏ, ਸਾਊਂਸਲਿਕ, ਇਹ ਡੱਬੀਆਂ ਨੇਗੀਆਂ, ਹਾਂ ਡੱਬੀਆਂ, ਇਹ ਵੀ ਨਾਮੀ ਡੱਬੀਆਂ ਨੇਗੀਆਂ, ਗਿਫਟ ਬਣਿਆ ਹੋਇਆ ਇਹ ਇਮਲੀ, ਇਹ ਮਿਰਚਾਂ ਨੇਗੀਆਂ ਲਾਲ, ਪਹਿਲੇ ਇਸ ਤਰ੍ਹਾਂ ਦੀ ਵਰਾਇਟੀ ਦੀਆਂ ਸੀਗੀਆਂ ਮਿਰਚਾਂ, ਹੁਣ ਨਵੀਆਂ ਆਈਆਂ ਨੇ ਕਹਿ ਰਹੇ ਸੀ ਘਰ ਚੈੱਕ ਕਰਕੇ ਤੁਸੀਂ ਇਸਤੇਮਾਲ ਕਰਕੇ ਦੱਸਿਆ ਜੇ ਕਿਹੋ ਜਿਹੀਆਂ ਨੇ। ਸਕਰੀਨ ਸਕਰੀਨ ਪੱਤੀ ਆ ਗਈ, ਹਾਂ ਰੋਲ ਆ ਗਏ, ਚਿੱਲੀ ਮਿਲੀ, ਇੱਕ ਮਿੰਟ ਕੱਢ ਲਵੀ ਹੈ ਬਿਸਕਟ ਹੋਣੇ ਨੇ ਇਹਦੇ ਵਿੱਚ, ਕੇਕ ਆ ਗਿਆ, ਇਹ ਵੀ ਬਿਸਕਟ ਹੈਗਾ 10 ਰੁਪਏ ਵਾਲਾ, ਹਾਂ ਵਾਈਫਰ ਕੈਫੇ ਬਿਸਕਟ, ਕਿਹੜਾ ਇੱਥੋਂ ਲੈਣਾ ਇਹ ਵਾਲਾ ਦੱਸਾਂ ਇਹ ਲੈਣਾ ਕਿਹੜਾ ਬਿਸਕਟ ਲੈਣਾ ਕਿਹੜਾ ਹੈ ਲੋ, ਇੱਥੋਂ ਕੱਢ ਲੈਣਾ ਇਹ ਅੰਮੀ ਜਾਨ ਖੁੱਲ ਲੈਂਦੇ ਜੀ ਕਿਹੋ ਜਿਹਾ ਨਿਕਲਦਾ, ਗਿਲਾਸ ਚੈੱਕ ਕਰੋ ਕਹਿੰਦੇ ਗਿਲਾਸ ਚੈੱਕ ਕਰਨਾ 20 ਰੁਪਏ ਦਿੱਤੇ ਨੇ, ਚਲੋ ਅਮੀ 10 ਰੁਪਏ ਬਕਾਇਆ ਵੀ ਹੋਵੇ ਮੈਂ ਕੋਲ ਚੈੱਕ ਕਰਨਾ, ਚੱਲ ਭਾਈ ਹੋਰਾਂ ਨੇ ਵੇਚਤਾ ਹੈਗਾ 10 ਰੁਪਏ ਬਕਾਇਆ ਦੇ ਕੇ, ਕੱਢੋ ਤੇ ਥੱਲੇ ਆਉਣਾ
ਇਹ ਜੀ ਨਾ ਟਾਫੀ ਅੱਛੀ ਆ, ਅੱਜ ਪਿਆਰਾ ਨਿਕਲਿਆ ਗਲਾਸ ਅੰਮੀਆਂ ਅੱਛਾ ਵੀ ਪਿਆਰਾ ਵੀ ਹੈ, ਕੁਆਲਿਟੀ ਦਾ ਫਰਕ ਚੈੱਕ ਕਰੋ, ਕਿਆ ਬਾਤ ਹੈ। ਇਹ ਮੈਂ ਪਾਣੀ ਪੀਣ ਲਈ ਸਪੈਸ਼ਲ ਆਪਣਾ ਗਿਲਾਸ ਰੱਖਾਂਗਾ, ਠੀਕ ਹੋ ਗਿਆ ਮੀਆਂ? ਦੁਕਾਨ ਦੇ ਵਿੱਚ ਹੀ, ਇਹ ਦੁਕਾਨ ਚ ਹੀ ਰੱਖਣਾ, ਕਿਆ ਬਾਤ ਹੈ। ਅਬੂ ਜਾਨ ਨੂੰ ਚੱਲ ਕੇ ਬਾਹਰ ਦਿਖਾਨੇ, ਇਸ ਤਰ੍ਹਾਂ ਅਗਰ ਦੇਖਿਆ ਫੁੱਲ ਦੀ ਤਰ੍ਹਾਂ ਹੈਗਾ, ਕਿਆ ਹੈ। ਓਕੇ ਹੋ ਗਿਆ, ਹੈ ਫਾਇਦੇ ਨੇ ਟਾਫੀਆਂ ਦੇ, ਕਰਿਆਨੇ ਦੁਕਾਨਾਂ ਦੇ। ਤੁਸੀਂ ਬਣਾਓ ਘਰ ਦੇ ਗਿਲਾਸ ਤਾਂ ਪੂਰੇ ਆਉਂਦੇ ਰਹਿਣੇ। ਵੈਸੇ ਮੈਂ ਨਾ 6 ਡੱਬੇ ਲੈ ਆਉਣ ਤੇ ਦਰਜਨ ਪੂਰੀ ਹੋ ਜਾ, ਦੂਸਰੀ ਅੱਧੀ ਦਰਜਨ ਪੂਰੀ ਹੋ ਜਾ ਗਲਾਸਾਂ ਸਾਰੀ ਵਾਲਾ ਬਿਸਕਟ। ਹਾਂ 40 ਪੈਕ ਸੁਪਰ ਆ ਗਿਆ 20 ਰੁਪਏ ਵਾਲਾ, 20 ਰੁਪਏ ਵਾਲਾ ਹੈ, 20 ਰੁਪਏ ਹਾਂ 20 ਰੁਪਏ ਵਾਲਾ ਹੈ। ਬਸ ਸਾਡਾ ਕੇਕ, ਹਾਂ ਕਰੀਮੀ ਕੇਕ ਆ ਗਿਆ 10 ਰੁਪਏ ਵਾਲਾ, ਐਂਡ ਸਲਮਾਨ ਮਤਲਬ ਕਿ ਸੁਪਰ ਦੀ ਕਾਪੀ 5 ਰੁਪਏ ਵਾਲਾ, ਹਾਂ 30 ਰੁਪਏ ਵਾਲਾ ਹੈਗਾ ਸੁਪਰ। ਓਕੇ ਹੋ ਗਿਆ, ਖਾਲੀ ਹੋ ਗਿਆ। ਇਹ ਆਪਣਾ ਸਮਾਨ ਅੱਜ ਲੈ ਕੇ ਆਇਆ ਤੇ ਇਹਦੀ ਹੁਣ ਅੰਦਰ ਸੈਟਿੰਗ ਵਗੈਰਾ ਕਰਨੇ ਆ, ਸੈਟਿੰਗ ਵਗੈਰਾ ਕਰਕੇ ਉਸ ਤੋਂ ਬਾਅਦ ਫਿਰ ਦੰਦ ਖਾਨੇ ਆਵਾਂਗੇ ਕਿ ਸ਼ੋਪ ਕਿਸ ਤਰ੍ਹਾਂ ਲੱਗਦੀ ਹੈਗੀ। ਤੇ ਇਹਨੂੰ ਵੀ ਦੋ ਕਹਿੰਦੇ ਪਾਣੀ ਭਰ ਕੇ, ਪਹਿਲੇ ਮੈਂ ਪੀਨਾ ਕਿਉਂਕਿ ਪਿਆਸ ਬੜੀ ਲੱਗੀ ਹੋਈ ਮੈਨੂੰ। ਜਾਣ ਇੱਧਰ ਆਇਆ ਜੇ ਪਾਣੀ ਲੈ ਕੇ, ਉਸ ਗਿਲਾਸ ਨੀ ਇਸ ਗਿਲਾਸ ਮੈਨੂੰ ਪਾਣੀ ਦਿਓ, ਚੈੱਕ ਕਰੋ ਇਹ ਗਿਲਾਸ ਡੱਬੇ ਚੋਂ ਨਿਕਲਿਆ, ਡੱਬਾ ਜਾਂ ਨਹੀਂ ਟਾਫੀਆਂ ਵਾਲਾ, ਉਹ ਗੰਦਾ ਨਿਕਲਿਆ ਸੀ, ਅੱਛੇ ਵਾਲਾ ਪਹਿਲੇ ਥੋੜਾ ਵਾਸ਼ ਕਰਨ ਦੇ ਜੇ, ਇੱਕ ਮਿੰਟ ਨਵਾਂ ਨਵਾਂ ਇਹਨਾਂ ਵਿੱਚੋਂ ਧੋ ਲੈਣਾ ਚਾਹੀਦਾ। ਸਨੈਣ ਦੇ ਚੂਜ਼ੇ ਨੀ ਨੇ ਅਬੂ ਜਾਨ, ਮੇਰੇ ਚੂਜ਼ੇ ਨੇ, ਹਾਂ ਸਨੈਣ ਦੇ ਛੋਟੇ ਚੂਜ਼ੇ ਨੇ, ਇਹ ਮੇਰੇ ਨੇ ਨਾ ਸਨੈਣ, ਮੇਰੇ ਨੇ ਸਨੈਣ ਤਾਂ ਮੇਰਾ ਮੁਕਾਬਲਾ, ਕਹਿੰਦੇ ਚੂਜ਼ੇ ਬਲਾ ਕਿੱਡੇ ਪਹਿਲੇ ਵੱਡੇ ਹੁੰਦੇ, ਤੇਰੇ ਹੈ ਹੀ ਵੱਡੇ, ਰੱਖਣਾ ਮੁਕਾਬਲਾ। ਇਹ ਖੁਰਾਕ ਨੀ ਦਿੰਦਾ, ਦਰਅਸਲ ਮੇਰੇ ਵਾਲੇ ਚੂਜ਼ੇ ਨੇ ਵੱਡੇ ਹੋ ਜਾਣੇ ਤੇ ਖੁਰਾਕ ਨੀ ਦਿੰਦਾ, ਲੈ ਲੈਂਦਾ ਆਪਣੇ ਕੋਲ 40-50 ਰੁਪਏ ਬਾਜਰਾ ਲਵਣ ਜਾ ਰਿਹਾ, ਪਤਾ ਨੀ ਉਹਦੀ ਕੀ ਚੀਜ਼ ਲੈ ਖਾ ਲੈਂਦਾ, ਇਹਨੇ ਕੋਲ ਖੁਰਾਕ ਆਉਂਦੀ ਉਹ ਇਹਨਾਂ ਲਿਆ ਕੇ ਪਾਈ ਕਰਾਂਗੇ ਸ਼ਹਿਰ ਮੈਂ, ਕਦੀ ਕਹਿਣਾ ਮੈਂ ਸ਼ਹਿਰੋਂ ਪੈਕਟ ਲੈ ਆਵਾਂ, ਖੁਰਾਕ ਵਾਲੇ ਆਉਂਦੀ ਹੋਣੀ ਕੁਛ ਚੂਜ਼ੇ ਉਹ। ਜੀ ਕਿਆ ਬਾਤ ਹੈ, ਇਸ ਗਿਲਾਸ ਦਾ ਤਾਂ ਆਪਣਾ ਮਜ਼ਾ, ਕਿਉਂਕਿ ਫ੍ਰੀ ਦਾ ਗਿਲਾਸ ਹੈ ਨਾ, ਰੋਲਾ ਇਹ ਹੋਰ ਕੋਈ ਨੀ ਗੱਲ। ਅੰਮੀ ਜਾਨ ਹੈਲੋ, ਤੁਸੀਂ ਟਰਾਈ ਕਰੋ, ਮੈਂ ਮਜ਼ਾ ਹੀ ਆ ਗਿਆ ਠੰਡਾ ਠੰਡਾ ਪਾਣੀ ਪੀ ਕੇ, ਦੇਖੋ ਨਾ ਚਮਕ ਹੀ ਰਿਹਾ, ਫ੍ਰੀ ਦਾ ਹੈ ਨਾ। ਤੇ ਉਂਝ ਫਿਰ ਦੁਕਾਨ ਦੀ ਜਦੋਂ ਸਾਫ਼ ਸਫਾਈ ਕਰਕੇ ਚੀਜ਼ਾਂ ਜਿਹੜੀਆਂ ਨੇ ਇੱਥੇ ਜੋੜੀਏ। ਮਾਸ਼ਾਅੱਲਾ ਜੀ, ਤੁਸੀਂ ਚੈੱਕ ਕਰ ਸਕਦੇ ਹੋ ਆਪਣੀ ਸ਼ੋਪ ਦੀ ਜਿਹੜੀ ਨਾ ਸੈਟਿੰਗ ਵਗੈਰਾ ਹੋ ਗਈ ਹੈਗੀ, ਲੇਕਿਨ ਹਾਲੇ ਤਾਂ ਕੁਛ ਚੀਜ਼ਾਂ ਇੱਦਾਂ ਲਾਉਣ ਵਾਲੀਆਂ ਨਹੀਂ, ਅੰਮੀ ਜਾਨ ਟੋਕਰੀਆਂ ਮੱਛੀਆਂ ਵਗੈਰਾ ਕੱਢ ਕੇ ਰੱਖਣ ਲੱਗੀਆਂ ਕਾਊਂਟਰ ਤੇ ਅੱਗੇ, ਤੇ ਇਹ ਚੀਜ਼ਾਂ ਜਿਹੜੀਆਂ ਇੱਥੇ ਅੱਗੇ ਸੈਟਿੰਗ ਕਰਤੀ, ਇਮਾਨ ਫਾਤਮਾ ਨੇ ਝਾੜੂ ਵਗੈਰਾ ਦੇ ਕੇ ਸਫਾਈ ਕਰ ਲਈ ਉਧਰੋਂ। ਮਾਸ਼ਾਅੱਲਾ ਜੀ, ਮੌਸਮ ਵੀ ਬੜਾ ਠੰਡਾ ਠੰਡਾ ਬਣ ਗਿਆ, ਚੈੱਕ ਕਰੋ ਜੀ ਕਿਆ ਬਾਤ ਹੈ। ਇਸ ਸਾਈਡ ਤੋਂ ਬੱਦਲ ਬੱਦਲ ਆ ਰਹੇ ਨੇਗੇ, ਕੋਈ ਸੂਰਜ ਤੇ ਬੱਦਲ ਆ ਗਏ ਨੇ, ਇਸ ਵਜ੍ਹਾ ਜੜ ਜੜ ਜਿਹਾ ਬਣ ਰਿਹਾ ਹੈਗਾ, ਤੇ ਕੋਈ ਪਤਾ ਨਹੀਂ ਬਾਰਿਸ਼ ਆ ਜਾਵੇ। ਬਾਰਿਸ਼ ਨੂੰ ਬੜਾ ਅਸੀਂ ਉਡੀਕ ਰਹੇ ਹਾਂ ਲੇਕਿਨ ਬਾਰਿਸ਼ ਨਹੀਂ ਆ ਰਹੀ, ਬੜਾ ਦਿਨਾਂ ਦਿਲ ਕਰ ਰਿਹਾ ਬਾਰਿਸ਼ ਹੋ ਜਾਵੇ ਨਾ, ਠੰਡਾ ਠੰਡਾ ਮੌਸਮ ਬਣ ਜਾਂਦਾ ਲੇਕਿਨ ਬਾਰਿਸ਼ ਹੋ ਹੀ ਨਹੀਂ ਰਹੀ ਹੈ ਬਾਈ ਸਾਹਿਬ ਹੁਣ ਤਾਂ। ਲੇਕਿਨ ਨਾ ਜਿਵੇਂ ਠੰਡੀ ਠੰਡੀ ਹਵਾ ਚੱਲ ਰਹੀ ਹੈ ਨਾ, ਜਿਵੇਂ ਗਰਮੀ ਸੀਗੀ ਠੰਡੀ ਹਵਾ ਚੱਲਣੀ ਬਣਦੀ ਨਹੀਂ, ਇਹਦਾ ਮਤਲਬ ਹੈ ਕਰੀਬੀ ਦੇ ਇਲਾਕੇ ਦੇ ਵਿੱਚ ਨਾ ਬਾਰਿਸ਼ ਹੋਈ ਹੈਗੀ, ਤੇ ਇੱਥੇ ਸਾਡੇ ਕੋਲ ਬਾਰਿਸ਼ ਹੋ ਸਕਦੀ। ਦੇਖੋ ਨਾ ਪੱਤੇ ਹਲ ਰਹੇ ਨੇ, ਠੰਡੀ ਹਵਾ ਲੱਗ ਰਹੀ ਆ, ਕੁਛ ਟਾਈਮ ਤੱਕ ਆਂਧੀ ਜਿਹੜੀ ਨਾ ਮਤਲਬ ਕਿ ਤੇਜ਼ ਹਵਾ ਚੱਲਣੀ ਸ਼ੁਰੂ ਹੋ ਜਾਣੀ ਹੈਗੀ। ਤੇ ਉਹ ਦਾਦਾ ਜਾਨ ਨਾਲ ਜਿਹੜੇ ਮੈਂ ਫੁੱਲਾਂ ਦੇ ਕਹਿ ਰਹੇ ਸੀ ਬੂਟੀ ਕੱਟ ਕੇ ਲੈ ਆਉਣੀ, ਉਹ ਇਸ ਜਗ੍ਹਾ ਤੇ ਗੱਡਾਂਗੇ, ਇੱਥੇ ਅੱਗੇ ਨਾ ਇਸ ਜਗ੍ਹਾ ਤੇ ਪੱਲੀ ਸਾਈਡ ਤੇ ਥੋੜੀ ਮਿੱਟੀ ਵੀ ਹੋਰ ਸਿੱਟਣੀ, ਇਹ ਸੁਬਾਹ ਸਿੱਟਾਂਗੇ ਨਾ, ਜਦੋਂ ਲੈ ਆਏ ਉਹ ਬੂਟੀ ਉਹ ਫਿਰ ਇਹਦੇ ਵਿੱਚ ਗੱਡ ਦੇਵਾਂਗੇ, ਤੇ ਅੱਗੇ ਫਿਰ ਉਹ ਵੱਧ ਕੇ ਸਾਰੀ ਜਗ੍ਹਾ ਤੇ ਖਿਲਰ ਜਾਵੇਗੀ, ਬਹੁਤ ਪਿਆਰੇ ਇੱਥੇ ਫਲਾਵਰ ਲੱਗੇ ਕਰਨਗੇ।
ਮਾਸ਼ਾਅੱਲਾ ਜੀ ਇੱਥੇ ਸਾਰੀਆਂ ਚੀਜ਼ਾਂ ਦੀ ਅੱਛੀ ਤਰ੍ਹਾਂ ਜੀ ਇਹਨਾਂ ਸੈਟਿੰਗ ਕਰਤੀ ਸੀ, ਚੈੱਕ ਕਰੋ ਜਿਵੇਂ ਗਿਆ ਇੱਥੋਂ ਬੱਚੇ ਜਿਹੜੀ ਕੋਈ ਚੀਜ਼ ਲੈਣੀ ਹੁੰਦੀ ਖਾਣ ਪੀਣ ਦੀ ਚੀਜ਼ਾਂ ਜਿਹੜੀਆਂ ਸਾਰੀਆਂ ਅੱਛੀਆਂ ਅੱਛੀਆਂ ਲੈ ਲਈਆਂ ਤਾਂ ਮਾਸ਼ਾਅੱਲਾ ਕਿੰਨੀਆਂ ਪਿਆਰੀਆਂ ਲੱਗ ਰਹੀਆਂ। ਹਾਂਜੀ ਹਾਂਜੀ, ਉਹ ਸਾਰੇ ਖੋਲ ਕੇ ਡੇਰੀਆਂ ਲਾ ਦਿੱਤੀਆਂ ਕਿ ਵੀ ਜਿਹੜੀ ਚੀਜ਼ ਕਿਸੇ ਨੂੰ ਚਾਹੀਦੀ ਹੋਈ ਨਾ ਇਸ ਤਰ੍ਹਾਂ ਚਾਹ ਕੇ ਬੱਚਾ ਆਪਣੀ ਪਸੰਦ ਨਾਲ ਲੈ ਜਾਵੇ, ਆਪਣੀ ਪਸੰਦ ਨਾਲ ਲੈ ਜਾਵਣਗੇ। ਤੇ ਇੱਥੇ ਪਿਆਰੀਆਂ ਬਹੁਤ ਲੱਗਦੀਆਂ ਨੇਗੀਆਂ। ਇਹ ਤੋਂ ਬਣੀਆਂ ਨਾ ਪਲਾਜ਼ੇ ਵਾਲਾ ਨਿਜ਼ਾਮ, ਜਿਵੇਂ ਪਲਾਜ਼ੇ ਚੀਜ਼ਾਂ ਪਈਆਂ ਨੇ ਆਪਣੀ ਮਰਜ਼ੀ ਨੇ ਗਾਹ ਖਰੀਦ ਸਕਦਾ। ਬਾਕੀ ਫਰੰਟ ਸਾਈਡ ਤੇ ਚੈੱਕ ਕਰੋ ਜੀ, ਕਿਆ ਹੀ ਬਾਤ ਹੈ, ਸਾਰੀ ਚੀਜ਼ ਜਿਹੜੀ ਅੱਛੀ ਤਰ੍ਹਾਂ ਲਾ ਦਿੱਤੀਆਂ ਨੇ। ਬਾਹਰ ਮੌਸਮ ਵੀ ਬੜਾ ਠੰਡਾ ਬਣ ਰਿਹਾ, ਮੈਂ ਤੇ ਕਹਿੰਦਾ ਕਿਉਂ ਬਾਰਿਸ਼ ਆ ਜਾ, ਬਾਰਿਸ਼ ਨੂੰ ਤਾਂ ਅੱਜ ਤਰਸ ਰਿਹਾ ਆ ਗਿਆ, ਕਿਉਂਕਿ 2-3 ਦਿਨ ਠੰਡ ਬਣ ਜਾਵੇਗੀ, ਬੜੀ ਗਰਮੀ ਹੈਗੀ ਨਾ ਹੈਗੀ, ਰਾਤ ਨੂੰ ਸੋਇਆ ਨਹੀਂ ਜਾਂਦਾ। ਮੈਂ ਸ਼ੋਪ ਦੀ ਫਿਰ ਤੁਹਾਨੂੰ ਪਤਾ ਹੈ ਪਹਿਰੇਦਾਰੀ ਕਰਨੀ ਹੁੰਦੀ, ਇੱਥੇ ਹੀ ਸੋਣਾ ਹੁੰਦਾ ਕਿਉਂਕਿ ਇੱਥੋਂ ਫਿਰ ਬਾਰੀ 'ਚ ਬਾਹਰ ਨਾ ਅੱਗੇ ਨਜ਼ਰ ਮਾਰੀ ਰੱਖੀ ਦੀ ਹੈਗੀ ਬਾਹਰਲੀ ਸਾਈਡ 'ਤੇ ਵੀ, ਕਿਉਂਕਿ ਹਾਲਾਤ ਹੀ ਕੁਛ ਇਸ ਤਰ੍ਹਾਂ ਦੇ ਨੇ, ਤੁਹਾਨੂੰ ਪਤਾ ਬੰਦੇ ਯਕੀਨ ਕਰ ਜੋ ਸਾਡੇ ਤੋਂ ਜੱਕੇ ਪਏ ਨੇਗੇ, ਸਾਨੂੰ ਤਾਂ ਖੁਦ ਨੂੰ ਯਕੀਨ ਕਰ ਇਤਨਾ ਜ਼ਿਆਦਾ ਖਤਰਾ ਬਣਿਆ ਰਹਿੰਦਾ ਹੈਗਾ। ਇੱਕ ਨਹੀਂ ਯਕੀਨ ਕਰ ਜੋ ਹਜ਼ਾਰਾਂ ਬੰਦੇ ਨੇਗੇ ਜਿਹੜੇ ਨਾ ਐਵੇਂ ਬਿਲਾ ਵਜ੍ਹਾ ਹਸਤ ਤੋਂ ਅੱਕੇ ਪਏ ਨੇਗੇ, ਬਰਦਾਸ਼ਤ ਹੀ ਨਹੀਂ ਹੁੰਦਾ ਕਿ ਬੰਦਾ ਜਾਂ ਨਾ ਕਾਮਯਾਬ ਕਿਉਂ ਹੋ ਰਿਹਾ ਹੈਗਾ। ਤੁਸੀਂ ਖੁਦ ਹੀ ਕਮਾਉਂਦੇ ਹੋ, ਅੱਲਾਹ ਦਾ ਸ਼ੁਕਰ ਅਦਾ ਕੀਤਾ ਕਰੋ। ਬਾਕੀ ਆਪਣਾ ਜਿਹੜਾ ਨਾ ਸ਼ੋਪ ਦਾ ਅੱਲਾਹ ਦਾ ਸ਼ੁਕਰ ਸਮਾਨ ਵਗੈਰਾ ਆ ਗਿਆ ਇਨਸ਼ਾਅੱਲਾ ਤਾਲਾ, ਮੈਂ ਕੋਸ਼ਿਸ਼ ਕਰਾਂਗਾ ਜਿਵੇਂ ਸੈਲਰੀ ਆਈ ਨਾ ਫਿਰ ਇਸ ਨਾਲੋਂ ਵੀ ਜ਼ਿਆਦਾ ਸਮਾਨ ਲਿਆਵਾਂਗੇ। ਥੋੜ੍ਹਾ ਜਿਹਾ ਲੈਂਦਾ ਹੈਗਾ ਜਿਹੜੇ ਸਾਡੇ ਕੁਛ ਪੈਸੇ ਬਚੇ ਸੀ, ਬਾਕੀ ਤੁਹਾਨੂੰ ਪਤਾ ਅਸੀਂ ਪੈਸੇ ਜਿਹੜੇ ਨਾ ਖਰਚ ਤੇ ਹੋਏ ਸੀਗੇ, ਮਤਲਬ ਕਿ ਜਿਹੜੇ ਹਸਨੈਣ ਹੋਰਾਂ ਦੀ ਵਿੱਚੋਂ ਤਬੀਅਤ ਵਗੈਰਾ ਖਰਾਬ, ਉਹਦੇ ਕੁਛ ਲੱਗੇ ਨੇਗੇ, ਕੁਛ ਜਿਹੜੇ ਆ ਚੂਜ਼ੇ ਵਗੈਰਾ ਲੈ ਨੇ, ਚੂਜ਼ੇ ਕਹਿ ਰਹੇ, ਫਿਰ ਮੁਰਗੇ ਜਿਹੜੇ ਅੱਜ ਲੈ ਨੇ, ਮੁਰਗਿਆਂ ਦੇ ਪੈਸੇ ਜਿਹੜੇ ਨਾ ਕਾਫੀ ਲੱਗ ਗਏ ਨੇਗੇ ਨਾ। ਹੁਣ ਜੀ ਫਿਰ ਇੱਥੇ ਅੰਦਰ ਦੁਕਾਨ ਹੈ, ਬੈਠਣਾ ਆ ਗਿਆ, ਸਕੂਨ ਹੈ ਇੱਥੇ ਨਾ ਲੱਤਾਂ ਰੱਖ ਕੇ, ਅਤੇ ਜਿਹੜਾ ਕੋਈ ਗਾਹਕ ਆਉਂਦਾ ਹੁਣ ਸਮਾਨ ਵਗੈਰਾ ਦਿੰਦੇ ਆ ਗਏ। ਬਾਕੀ ਨਾ ਪੱਖਾ ਜਿਹੜਾ ਇਹਦੀ ਕੋਈ ਹਵਾ ਹੀ ਨਹੀਂ ਲੱਗ ਰਹੀ, ਬਹੁਤ ਜ਼ਿਆਦਾ ਗਰਮੀ ਇੱਥੇ ਅੰਦਰ ਲੱਗ ਰਹੀ ਆ, ਬਸ ਦੀ ਬਣੀ ਖੜੀ ਹੈਗੀ। ਜਿੱਦਾਂ ਤੱਕ ਬਾਰਿਸ਼ ਨਾ ਹੀ ਉੱਦਾਂ ਤੱਕ ਮੌਸਮ ਠੰਡਾ ਨਹੀਂ ਹੋਣਾ, ਮੈਨੂੰ ਪਤਾ ਹੈਗਾ, ਕਿਉਂਕਿ ਹਵਾ ਵਗੈਰਾ ਹਾਲੇ ਤੱਕ ਇੰਨੀ ਤੇਜ਼ ਨਹੀਂ, ਹਵਾ ਜਦੋਂ ਤੇਜ਼ ਹੋ ਗਈ ਨਾ ਉਦੋਂ ਵੀ ਕਾਫੀ ਜਿਹੇ ਚੇਂਜਿੰਗ ਆ ਜਾਣੀ ਹੈ ਮੌਸਮ ਦੇ ਵਿੱਚ, ਸਮਝ ਲਓ ਠੰਡ ਥੋੜ੍ਹੀ ਬਹੁਤੀ ਹੋ ਜਾਵੇਗੀ, ਲੇਕਿਨ ਹਵਾ ਵੀ ਮੱਠੀ ਮੱਠੀ ਚੱਲੀ ਹੋਈ ਸਾਹਮਣੇ ਸੀ, ਦੇਖੋ ਨਾ ਫਸਲਾਂ ਮੱਠੀ ਮੱਠੀ ਹਵਾ ਚੱਲੀ ਹੋਈ ਹੈਗੀ, ਦੇਖੋ ਪੱਖਾ ਸਾਡਾ ਉਂਝ ਮੱਠਾ ਵਿਚਾਰਾ, ਤਕਰੀਬਨ ਸਾਰੀ ਗਰਮੀ ਚੱਲਦਾ ਹੀ ਰਿਹਾ ਹੈਗਾ ਇੱਥੇ ਸ਼ੋਪ ਦੇ ਵਿੱਚ, ਸਾਰਾ ਦਿਨ ਹੀ ਬੈਠੇ ਰਹਿੰਦੇ ਹਾਂਗੇ, ਇਹ ਚੱਲਦਾ ਰਹਿੰਦਾ ਹੈਗਾ, ਅਤੇ ਉਹ ਬੈਰਿੰਗ ਵਗੈਰਾ ਦਾ ਜਾਂ ਦਾ ਦੂਸਰੇ ਤਾਂ ਆਉਣਾ ਹੈਗਾ, ਕਪੈਸਟਰ ਦੇ ਚੇਂਜ ਇਨਸ਼ਾਅੱਲਾ ਤਾਲਾ ਕਰਾਉਂਦੇ, ਕਹਿੰਦਾ ਪੱਖੇ ਦਾ ਨਹੀਂ, ਬਾਕੀ ਵੀ ਗਾਤੇ ਪੱਖੇ ਨੇ ਨਾ ਉਹਨਾਂ ਕਪੈਸਟਰ ਚੇਂਜ ਹੋਣ ਵਾਲੇ, ਉਹਨਾਂ ਨੇ ਉਹ ਲਾਜ਼ਮੀ ਚੇਂਜ ਕਰਾਉਂਦੇ ਹਾਂਗੇ ਜੀ। ਹੁਣ ਫਿਰ ਦੁਕਾਨ ਸੰਭਾਲਣਾ ਹੈਗਾ, ਉਧਰ ਅੰਮੀ ਜਾਣ ਹੀ ਬੈਠੇ, ਅੰਮੀ ਜਾਣ ਸ਼ਾਮ ਦਾ ਕੋਈ ਖਾਣਾ ਵਗੈਰਾ ਪਕਾਓ, ਭੁੱਖ ਬੜੀ ਲੱਗੀ। ਅੱਛਾ ਪਿਆ ਹੋਇਆ, ਫਿਰ ਮੈਨੂੰ ਦਿਓ, ਮੈਂ ਰੋਟੀ ਜਿਹੜੀ ਨਾ ਖਾ ਲਵਾਂ, ਅਤੇ ਉਦੋਂ ਫਿਰ ਬਾਅਦ ਜਾਣਾ ਫਿਰ ਗਾਸ ਲੈਣ ਨਾ, ਅਬੂ ਜਾਣ ਜਿਹੜੇ ਜਾਣ ਲੱਗੇ ਚਾਚੂ ਜਾ ਜ਼ੋਰ ਵਾਲੇ, ਉਧਰੋਂ ਦਾ ਫਿਰ ਉਹਨਾਂ ਨੇ ਵਲਾਗ ਬਣਾਉਣਾ, ਉਹਨਾਂ ਚੈਨਲ 'ਤੇ ਜਾ ਤੁਸੀਂ ਦੇਖਿਆ ਜੇ, ਅਤੇ ਆਪਣਾ ਜਿੰਨਾ ਕੀ ਬਣਿਆ ਅੱਜ ਦਾ ਵਲਾਗ ਫਿਰ ਖਤਮ ਕਰੀ, ਕਿਉਂਕਿ ਅਬੂ ਜਾਣ ਕਹਿ ਰਹੇ ਨੇਗੇ ਮੈਂ ਉੱਧਰ ਜਾਣਾ ਹੈਗਾ, ਰਾਤ ਹੋ ਰਹੀ ਹੈਗੀ, ਬਾਕੀ ਮੌਸਮ ਹੀ ਖਰਾਬ ਹੈਗਾ, ਸੂਰਜ ਹੀ ਗਰੂਬ ਹੋਣ ਵਾਲਾ ਹੈਗਾ, ਠੀਕ ਹੈ। ਬਾਕੀ ਆਪਣਾ ਇਹ ਵਾਲਾ ਵਲਾਗ ਹੁੰਦਾ ਇੱਥੇ ਖਤਮ, ਤੁਹਾਨੂੰ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰਨਾ, ਵੀਡੀਓ ਲਾਈਕ ਕਰ ਲੈਣਾ, ਦੋਸਤਾਂ ਰਿਸ਼ਤੇਦਾਰਾਂ ਸ਼ੇਅਰ ਵੀ ਕਰ ਲੈਣਾ। ਥੈਂਕਸ ਫੋਰ ਵਾਚਿੰਗ ਐਂਡ ਅੱਲਾ ਹਾਫਿਜ਼।